जानदे नहीं ना यो मुर्शिद ते ना मरीद हुंदे साई सिरा दी जेकर ना दईए सौदे अणखदे नहीं खरीद हुंदे आतेग जबड़ दी जिन्ना नू चटक दीए टेंदे दिला दियो उम्मीद हुंदे कतलगाह भी पूजिया जान सफरी जिथे मावां दे लाल शहीद हुंदे जिथे मावां दे लाल शहीद हुंदे कलगी वाले दी जीवन नाल सिफत करनी है अंबरों तोड़ना तारियां नूं जिन्ने चुक के छाती दे नाल लाया लोकां पैरां दे हेठ लताड़ियां नूं हो उन्ने बादशाह दे सामे कर दिता चिउरा नाइया ते शिंबिया सारिया लोक राज दी उस बुनियाद रखी अमृत बख्श के पंजा प्यारिया मां गुजरी करमा वाली ए जिस मर्द सूर मां जनिया ने की दी खातर लड़दा रिया माड़े दा हामी बनिया ए भारत दी इज्जत राखी लैला सारा ही परिवार गया तन जिगरा कलगिया वाले दा पुत चार धर्म तो बाहर गया मां गुजरी करमा वाली ए जिस मर्द सूरमा जनिया ने की दी खातर लड़दा रिया माड़े दा हामी बनिया ए भारत दी इज्जत राखी लैला सारा ही परिवार गया तन जिगरा कलगिया वाले दा पुत चार धर्म तो बाहर गया सदरां दे बाग बगीचे जो बिन कदरां तो मर जा गए सी ले आया किरना नूर दिया फुल्लां दे जोबन छा गए सी पहुंचे पीर फकीरां दे सैनत नाल पैर मन मार गया तन जिगरा कलगिया वाले दा पुत चार धर्म तो बाहर गया सब जाता ते सब वरना ते जद वेखिया जलवा शिव दत्तनी तर सीस तुर गया चरना ते कीता याद प्रीतम नू मैणी दी गोद शंगार गया तन जिगरा कलगिया वाले दा पुत चार धर्म तो बाहर गया जद चुकी ते गया रंगे ने जद चुकी दे गया रंगे ने सा छत्रियां दे सोका गए शब पंडित सुनने मंदिरां नू जा विच पहाड़ां लोक गए सीस पिता दा दिल्ली विच दे सीस पिता दा दिल्ली विच कर हिंदियां ते उपकार गया तन जिगरा कलगियां वाले दा पुत चार धर्म तो बाहर गया अठ बाज निशानी गैरत दी रखबाज निशानी गैरत दी ला कलगी तख्त सजाउंदार आनंदपुर दी ऐसी शान बनी इंदर भी सीस चकाउंदार अमृत मुरदे जी पैंदे गितड़ा तो शेर वंगार गया तन जिगरा कलगिया वाले दा पुत चार धर्म तो बाहर गया दी चोट नगारे जद वजदी चोट नगारे ते कई भीम चंद जय सड़दे रे सुन सुन के गूंजा पंथ दियां दिलियों भी जाबर चढ़दे रे चित्तां दे दावे करदे रे पर हर कोई तैथों हार गया
ਲੜਕੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਬਾਹਰ ਗਿਆ। ਅੰਮ੍ਰਿਤ ਦੀ ਜੀਵਨ ਸ਼ਕਤੀ ਨੇ, ਅੰਮ੍ਰਿਤ ਦੀ ਜੀਵਨ ਸ਼ਕਤੀ ਨੇ ਲੱਖਾਂ ਨਾਲ ਇੱਕ ਲੜਾ ਦਿੱਤਾ ਸੀ ਖਾਤਰ ਦੇਸ਼ ਆਜ਼ਾਦੀ ਦੀ, ਪੁੱਤਰਾਂ ਦਾ ਨਿਉਂਦਾ ਪਾ ਦਿੱਤਾ। ਜਦ ਵੇਖਿਆ ਡੇਗਿਆ ਜੀਤ ਪਿਆ, ਜਦ ਵੇਖਿਆ ਡੇਗਿਆ ਜੀਤ ਪਿਆ, ਉਂਗਲ ਤੋੜ ਜੁਝਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਬਾਹਰ ਗਿਆ। ਪੁੱਤਰਾਂ ਦੀਆਂ ਲਾਸ਼ਾਂ ਲੰਘ ਲੰਘ ਕੇ, ਪੁੱਤਰਾਂ ਦੀਆਂ ਲਾਸ਼ਾਂ ਲੰਘ ਲੰਘ ਕੇ ਸੂਲਾਂ ਦੀਆਂ ਸੇਜਾਂ ਸੌਂਦਾਰਿਆਂ ਵਿੱਚ ਜੰਗਲੀ ਸ਼ਾਮੇ ਤਾਰਿਆਂ ਦੀ ਮਾਲਿਕ ਦੀਆਂ ਸਿਫਤਾਂ ਗਾਉਂਦਾ ਰਿਹਾ। ਪੱਥਰਾਂ ਦੇ ਜਿਗਰੇ ਡੋਲੇ ਸੀ, ਅੰਬਰ ਵੀ ਤਾਹ ਮਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਬਾਹਰ ਗਿਆ। ਸੁੱਖਾਂ ਦੀ ਰਹੀ ਨਾ ਕਸਰ ਕੋਈ, ਹੋ ਜਾ ਮਾਲੀ ਰੋਲੀ ਰ ਗਿਆ, ਪੈਰਾਂ ਵਿੱਚ ਛਾਲੇ ਪੈ ਗਏ ਸੀ ਤਾਈਓ ਬਣ ਉੱਚਦਾ ਪੀਰ ਗਿਆ। ਭਾਰਤ ਦੀ ਇੱਜ਼ਤ ਬਚਾਵਣ ਲਈ ਲੱਖਾਂ ਹੀ ਦੁੱਖ ਸਹਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਬਾਹਰ ਗਿਆ। ਦਰਦ ਕਹਾਣੀ ਨਿੱਕਿਆਂ ਦੀ, ਜਦ ਦਰਦ ਕਹਾਣੀ ਨਿੱਕਿਆਂ ਦੀ ਰੋ ਰੋ ਕੇ ਦੱਸੀ, ਨੂਰੇ ਨੇ ਮੱਥੇ ਦੇ ਪਾਇਆ ਵੱਟ ਨਹੀਂ ਉਸ ਮਾਂ ਗੁਜਰੀ ਦੇ ਸੂਰੇ ਨੇ। ਹੁਣ ਜ਼ਾਲਮ ਦੀ ਜੜ ਪੁੱਟੀ ਜਾਊ, ਹੁਣ ਜ਼ਾਲਮ ਦੀ ਜੜ ਪੁੱਟੀ ਜਾਊ, ਇਉਂ ਹੱਸ ਕੇ ਭਜਨ ਉਚਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਬਾਹਰ ਗਿਆ। ਭਾਰਤ ਦੀ ਮੁਰਦਾਰੂ ਅੰਦਰ, ਭਾਰਤ ਦੀ ਮੁਰਦਾਰੂ ਅੰਦਰ ਸੀ ਅਣਖ ਵੀਰਤਾ ਭਰ ਦਿੱਤੀ, ਜਿਸ ਦੇ ਵੱਲ ਤੱਕਿਆ ਜੀ ਭਰ ਕੇ ਮਿੱਟੀ ਵੀ ਸੋਨਾ ਕਰ ਦਿੱਤੀ। ਤੁਰ ਤੋਂ ਹੀ ਜੁੰਮੇ ਲੱਗਿਆ, ਜੋ ਕਿਸ ਤਾਂ ਵਿੱਚ ਕਰਜ ਉਤਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਬਾਹਰ ਗਿਆ। ਲਿਖਣਾ ਹੈ ਕੁਰਬਾਨੀ ਨੂੰ ਜੁਗਾਂ ਤੱਕ ਦੁਨੀਆ ਚੁੱਕਦੀ ਰਹੂ, ਤਨ ਤਨ ਪੁੱਤਰਾਂ ਦੇ ਦਾਨੀ ਨੂੰ। ਜੋਗਾ ਸਿੰਘ ਭਾਗੋ ਵਾਲੀਏ ਕਈ, ਜੋਗਾ ਸਿੰਘ ਭਾਗੋ ਵਾਲੀਏ ਕਈ, ਕਰ ਭਵ ਸਾਗਰ ਚੋਂ ਪਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਬਾਹਰ ਗਿਆ। ਰਹਿਮਤਾਂ ਦੇ ਮਾਲਕ, ਸਮੁੱਚੀ ਮਾਨਵਤਾ ਦੇ ਸਾਂਝੇ ਸਤਿਗੁਰੂ, ਰੱਬੀ ਤਲੀਮ ਦੇ ਅਥਾਹ ਸਾਗਰ ਮੌਕੇ ਦੇ ਮਾਲਕ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪਣੀਆਂ ਸੁਰਤਾਂ ਸ਼ਬਦ ਦੇ ਵਿੱਚ ਸਮਰਪਿਤ ਕਰਕੇ ਬੈਠੇ ਬਹੁਤ ਹੀ ਸਤਿਕਾਰਯੋਗ ਖਾਲਸਾ ਜੀਓ, ਮਿਲਿਆ ਹੋਇਆ ਸਮਾਂ ਬੜਾ ਕੀਮਤੀ ਹੈ, ਫਤਿਹ ਗਜਾਓ ਕੁਝ ਕਹਿ ਸਕੀਏ, ਪਰ ਇੱਕ ਬੇਨਤੀ ਹੈ, ਜਿੰਨੇ ਕੁ ਵੀ ਬੈਠੇ ਹੋ ਫਤਿਹ ਢਿੱਲੀ ਨਾ ਬੁਲਾਇਓ, ਇਹ ਤੁਹਾਡੇ ਸਤਿਗੁਰਾਂ ਦੀ ਹੈ। ਔਰ ਮੇਰਾ ਵਿਚਾਰ ਹੈ, ਜਿਹੜੀਆਂ ਕੌਮਾਂ ਦੀਆਂ ਆਵਾਜ਼ਾਂ ਕਮਜ਼ੋਰ ਹੋ ਜਾਣ, ਉਹਨਾਂ ਕੌਮਾਂ ਦਾ ਆਉਣ ਵਾਲਾ ਭਵਿੱਖ ਵੀ ਕਮਜ਼ੋਰ ਹੋ ਜਾਇਆ ਕਰਦਾ। ਇਸ ਕਰਕੇ ਜਿਉਂਦੀਆਂ ਕੌਮਾਂ ਆਪਣੇ ਵੱਡ ਵਡੇਰਿਆਂ ਦੇ ਉਪਕਾਰ ਨੂੰ ਯਾਦ ਰੱਖਦੀਆਂ ਹਨ। ਕਿਰਪਾ ਕਰੋ ਸਰਬੱਤ ਮਾਈ ਭਾਈ, ਰਲ ਕੇ ਪਿਆਰ ਵਿੱਚ ਇੱਕ ਵਾਰੀ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਅੰਦਰ 12,500 ਤੋਂ ਵੱਧ ਨਗਰ ਨੇ, ਹਰ ਪਿੰਡ ਵਿੱਚ ਕਾਰਾਂ ਵਾਲੇ, ਕੋਠੀਆਂ ਵਾਲੇ, ਜ਼ਮੀਨਾਂ ਵਾਲੇ, ਜਾਇਦਾਦਾਂ ਵਾਲੇ, ਤਾਸ਼ ਖੇਡਣ ਵਾਲੇ, ਨੰਦਿਆ ਚੁਗਲੀ ਕਰਨ ਵਾਲੇ ਆਦਿਕ ਮਿਲ ਜਾਂਦੇ ਨੇ। ਪਰ ਹਰ ਪਿੰਡ ਵਿੱਚ ਇਸ ਤਰ੍ਹਾਂ ਦੇ ਜੋੜ ਮੇਲੇ ਨਹੀਂ ਲੱਗਦੇ ਜਿੱਥੇ ਸਤਿਗੁਰਾਂ ਦੇ ਬਚਨ ਦੀਆਂ ਵਿਚਾਰਾਂ ਹੁੰਦੀਆਂ ਹੋਣ, ਜਿੱਥੇ ਗੁਰਮਤਿ ਸਿਧਾਂਤਾਂ ਦੇ ਹਰ ਪਹਿਲੂ 'ਤੇ ਰੋਸ਼ਨੀ ਪਾਈ ਜਾਂਦੀ ਹੋਵੇ। ਇਸ ਪੱਖੋਂ ਮਾਣ ਕਰਿਆ ਕਰੋ ਵੀ ਸਾਡੇ ਪਿੰਡ ਵਿੱਚ ਇਹ ਸਾਲਾਨਾ ਜੋੜ ਮੇਲਾ ਸਾਨੂੰ ਇਤਿਹਾਸ ਦੀ ਹਿੱਕ ਉੱਤੇ ਇੱਕ ਮਾਣ ਦਵਾਉਂਦਾ, ਕਿਉਂਕਿ ਰਾਡੀ ਰਾਗੀ ਢਾਡੀ ਕਥਾਵਾਚਕ ਕਵੀਸ਼ਰ ਜਨ ਜਿਨ੍ਹਾਂ ਨਗਰਾਂ ਵਿੱਚ ਜਾਂਦੇ ਨੇ ਉੱਥੋਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਹਨ। ਸੋ ਗੁਰਦੇਵ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਬਹੁਤ ਸਾਰੇ ਨੌਜਵਾਨ ਵੀਰ ਹੱਥੀਂ ਸੇਵਾ ਕਰ ਰਹੇ ਨੇ, ਬਹੁਤ ਸਾਰੇ ਵੀਰਾਂ ਨੇ ਮਾਇਆ ਨਾਲ ਵੀ ਪ੍ਰਬੰਧਕਾਂ ਦਾ ਸਹਿਯੋਗ ਦਿੱਤਾ, ਔਰ ਇੱਥੇ ਸਤਿਗੁਰਾਂ ਦੇ ਸੱਜੇ ਹੋਏ ਦੀਵਾਨ ਵਿੱਚ ਬੈਠ ਕੇ ਵੱਡੀ ਗਿਣਤੀ ਵਿੱਚ ਗੁਰੂ ਕੀ ਸੰਗਤ
हर जस भी सरवण कर रही है। साढ़े तो पहला बहुत ही सत्कारयोग भाई साहब करमजीत सिंह जी, सिख जगत की बहुत ही माणयोग शख्सियत, उन्होंने अध्यात्मक विचार राही कि संसार उत्ते मनुख की उत्पत्ति किवें हुई है, ये फर्ज की ने, ते एदी आखरी मंजिल का मुकाम कित्थे है, और गुरबाणी की रोशनी राही आप जी नाल उन्होंने ये सारा ही सांझ पाई है। गुरदेव पातशाह महाराज कृपा करन, जे गुरबाणी की कसवटी ते तोल के अपने जीवन नू वेखिए ते मनुख जन्म मिलिया ही परमेश्वर दा सिमरन करन वास्ते है, सेवा करन वास्ते है। वह वक्री गल है जदों मनुख अख पुटदा जवान हुंदा है और मोह माया का जंजाल इनू इस ढंग नाल अपनी गिरफ्त विच लै लैंदा है, असली मनोरथ भुल के सारी जिंदगी दुनिया के नाल ही गुजार के चला जाता है, और अपना जीवन जुए बच्चे जिमें कोई जायदाद हार जाता है, इस तरह मनुख अपना जीवन हार के तुर जाता है। आखिर समय पछतावा पर वो किसी काम का नहीं होंदा। ये जिहड़ी संगत है, चंगे विचार सरवण करने, चंगीआं विचारां ग्रहण करनियां, ये साडे जीवन की बेड़ी नूं पार लाउण विच सहायक होंदे हन। सो महाराज कृपा करन, आओ जिहड़ा समां मिलिआ है आपां एकाग्रता नाल सुणन दा जिहड़ा वो यतन करिए। बहुत समा पहला तुहाडे नगर विच आए सां, हुण फिर तुहाडे दर्शन करन दा अवसर प्राप्त होया है। प्रबंधक जना ने एक विशेष ड्यूटी लाई, क्योंकि अक्सर जदों असीं घरों तुरदे हां उदों मन विच कई विचार बनाए हुए आ वी उत्थे आ सुणावांगे, पर जदों प्रबंधक जना दा हुक्म हो जांदा है फिर सारियां चीज़ां एक पासे रख के उन्हां दे हुक्म नूं सिर चुकाउणा पैंदा है। और बड़ी चंगी गल है, उन्होंने वो साका सानूं कहण वास्ते कहा जिहड़ा असीं अपनियां अखां नाल वेख्या, अपने हड्डां ते हंडाया, और सिख जगत की सोच एक बारी डूंघे आलम विच डुब गई कि जिस देश की आज़ादी बदले सिख कौम के वड वडेरिया ने इनियां वड्डियां कुरबानियां कीतियां होण, ते उस देश की सरकार साढ़े सब तो पवित्र धाम सचखंड श्री हरिमंदर साहब उत्ते हमला कर देवे, वो भी इस तरह जिवें एक देश नूं दबाउण वास्ते दूजे देश की फौज टैंक लैके जाए, तोपा लैके जाए, आखिर इहदा कारण की है? तो यह विस्थार मंग की गल है, पर आपां समें विच रह के इहदी विचार करनी है। 1849 के मार्च महीने असी अंग्रेज़ों के गुलाम होए, लाहौर के किले तो साडा झंडा ला दिता गया, अंग्रेज़ ने अपना झुला लिया, उन्होंने वेख्या भी सिख कौम बहादुर कौम है और इनू दबाउणा बड़ा औखा है, और साडा इतिहास उन्होंने सामने सी, उन्होंने मजबूरी सी, फिर उन्होंने हिंदुस्तान छड के जाना पिया। पर यह गल माण नाल कही जा सकती है कि अंग्रेज़ों को कढ़न वास्ते 121 बंदे फांसी ते चढ़े, जिदे विच्चों 93 गुरु के लाल, यानी 80% तो वध कुरबानियां अंग्रेज़ नूं कढ़न वास्ते अपने वड वडेरियां ने कीतियां। अंग्रेज़ ने जाण तो पहला इस देश दे टोटे कर दिते, बाबे बुल्ले दा पंजाब, बाबे फरीद दा पंजाब, बाबे नानक दा पंजाब, वो वंड दिता गया, और एक हिस्सा पाकिस्तान विच आ गया, एक हिस्सा हिंदुस्तान विच आ गया, और अजे साडे सिरां तो भार दियां पंडां ना लथियां, घर घाट छड के साडे वड वडेरे आ गए, वड्डियां हवेलियां छड के साडे बजुर्ग आ गए, जिन्हां दे दरवाजियां ते लाइनां लगियां रहिंदियां सन खैर मंगण वालियां दियां, 1947 विचों एक एक रोटी नूं तरसदे वेखे गए। बापू सोहण सिंह शीतल जी का नावल ईचो गिल नहर तक कदे पढ़ो, मैं कहिंदा पत्थर दिल भी पढ़े अखां विच हंझू वहाउण तों बगैर नहीं रह सकदा। इस तरह साडे पंजाब की बर्बादी होई, पर सानूं एक मकाम मिल गया भी असीं अपने देश विच आ गए, अजे साडे सिरां तों पंडां ना लथियां। सेंटर सरकार दे आदेश डीसीआं नूं प्राप्त होए, उहदे विच लिखिया होया सी सिख इक जरैम पेशा कौम है, इहदे उत्ते तिखी नज़र रखी जाए। उस वक्त साडे लीडरां विचों बहुते पढ़े लिखे नहीं सन, कपूर सिंह जी डीसी लगे हुए सन, यह आदेश उहनां नूं भी प्राप्त होया, उन्होंने मत्थे ते हथ मारिया, कहिंदे ओए असीं अपना सब कुछ बर्बाद करवा लिया, ननकाणा साहिब छड आए, पंजा साहिब छड आए, 12 छड आए, नहरां छड आए, ते इस देश नाल किस्मत जोड़ी, ते हुण असीं इस देश दीआं नज़रां विच 2 नंबर दे शहरी बन गए। उन्हें लीडरां नाल विचार कीती भी अपने नाल धोखा होया, और पंडित जवाहर लाल नहरू ने एक गल कही सी, मैनूं कोई इतराज़ नहीं, एक वड्डा खुद मुख्तियार हिस्सा सिखां दा होवे जिथे ये आज़ादी का निघ माण सकन, ते मैनूं इहदे विच कोई इतराज़ नहीं। पर याद रखो,
ਲੀਡਰਾਂ ਦੇ ਵਾਅਦੇ ਕੁਰਸੀ ਮਿਲਣ ਤੋਂ ਪਹਿਲਾਂ ਤੱਕ ਸੀਮਤ ਹੁੰਦੇ ਹੈ। ਜਦੋਂ ਕੁਰਸੀ ਮਿਲ ਜਾਏ ਫਿਰ ਕੀਤੇ ਹੋਏ ਵਾਅਦਿਆਂ ਨੂੰ ਤੋੜ ਚੜਾਉਣਾ ਰਾਜਨੀਤੀ ਵਿੱਚ ਜ਼ਰੂਰੀ ਨਹੀਂ ਸਮਝਿਆ ਜਾਂਦਾ। ਲੀਡਰ ਜਾ ਕੇ ਮਿਲੇ, ਉਹਨਾਂ ਆਖਿਆ ਮਾਸਟਰ ਜੀ ਹੁਣ ਤਾਂ ਵਕਤ ਲੰਘ ਗਿਆ, ਇੱਕ ਸਾਲ ਅਜੇ ਜਰਿਆ ਨਾ ਗਿਆ, ਜਾਂ ਫਿਰ ਉਸ ਤੋਂ ਵੱਡਾ ਸਾਲ ਪੰਜਾਬੀ ਸੂਬੇ ਵਾਲਾ ਸੀ। ਔਰ ਸਾਡੇ ਕੁਝ ਲੀਡਰਾਂ ਨੂੰ ਭਰਮਾ ਲਿਆ ਗਿਆ, ਉਹਨਾਂ ਨੇ ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਕਿ ਸਾਡੀ ਸਰਕਾਰ ਹਮੇਸ਼ਾ ਪੰਜਾਬ ਵਿੱਚ ਬਣਿਆ ਰਹੇਗੀ, ਉਹਨਾਂ ਲੋਕਾਂ ਦਾ ਸਾਥ ਦੇ ਦਿੱਤਾ ਜਿਹੜੇ ਅਣਖੀ ਪੰਜਾਬ ਨੂੰ ਫਿਰ ਟੋਟੇ ਕਰਨਾ ਚਾਹੁੰਦੇ ਸੀ। ਪਹਿਲਾਂ ਤਾਂ ਵੰਡਿਆ ਗਿਆ ਤਾ ਉੱਧਰ ਹੋ ਗਿਆ, ਫਿਰ ਹਰਿਆਣਾ ਵੀ ਲਾਤਾ, ਹਿਮਾਚਲ ਵੀ ਲਾਤਾ, ਇੱਕ ਨਿੱਕੀ ਜਿਹੀ ਸਟੇਟ ਬਣਾ ਤੀ ਜਿਹਦੇ ਕੋਲ ਆਪਣੀ ਰਾਜਧਾਨੀ ਵੀ ਨਹੀਂ ਸੀ। ਔਰ ਸਾਡੇ ਲੀਡਰਾਂ ਨੂੰ ਬੜੀ ਬਾਅਦ 'ਚ ਜਾ ਕੇ ਸਮਝ ਆਈ ਵੀ ਸੈਂਟਰ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ। ਔਰ ਬੜੀ ਵਾਰੀ ਫਿਰ ਮੋਰਚੇ ਲੱਗੇ, ਮਰਨ ਵਰਤ ਰੱਖੇ ਗਏ, ਸੰਤਾਂ ਮਹਾਂਪੁਰਖਾਂ ਨੇ ਕਾਲ ਤਖ਼ਤ ਦੇ ਲਾਗੇ ਚਿਖਾ ਚਿਣ ਲੈਣੀ ਔਰ ਤਰੀਕ ਵੀ ਮਿਥ ਲੈਣੀ, ਇੰਨੀ ਤਰੀਕ ਨੂੰ ਜੇ ਸਾਡੇ ਹੱਕ ਨਾ ਮਿਲੇ ਤਾਂ ਫਲਾਣਾ ਲੀਡਰ ਚਿਖਾ ਵਿੱਚ ਸੜ ਕੇ ਮਰ ਜਾਏਗਾ। ਪਰ ਜਦੋਂ ਦਿੱਲੀਓਂ ਮਿੱਠੀਆਂ ਮਿੱਠੀਆਂ ਗੋਲੀਆਂ ਦਾ ਪ੍ਰਸ਼ਾਦ ਮਿਲਣਾ ਤਾਂ ਫਿਰ ਕੀਤੀਆਂ ਹੋਈਆਂ ਅਰਦਾਸਾਂ ਵੀ ਭੰਗ ਕਰ ਦੇਣੇ ਆ। ਉਹ ਬਹਾਦਰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਭਾਵੇਂ ਉਹ ਅਕਾਲੀ ਨਹੀਂ ਸੀ ਪਰ ਉਹ ਪੰਜਾਬੀ ਸੀ, ਉਹ ਸਿੱਖ ਸੀ। ਉਹਨੇ ਆਖਿਆ ਉਹ ਲੀਡਰੋ ਤੁਹਾਡਾ ਬੇੜਾ ਗਰਕ ਹੋ ਜਾਏ, ਅਰਦਾਸਾਂ ਕਰਕੇ ਅਰਦਾਸ ਤੋਂ ਭੱਜਦੇ ਹੋ ਅਤੇ ਸਾਡਾ ਇਤਿਹਾਸ ਹੀ ਲੋਕਾਂ ਨੇ ਝੂਠਾ ਕਹਿਣ ਲੱਗ ਪੈਣਾ ਵੀ ਐਵੇਂ ਹੀ ਫੜਾ ਮਾਰਦੇ, ਖੋਪਰੀਆਂ ਲਵਾ ਗਏ, ਬੰਦ ਬੰਦ ਕਟਵਾ ਗਏ, ਅਕਾਲੀ ਫੂਲਾ ਸਿੰਘ ਜੀ ਪਹਿਰਾ ਦੇ ਗਏ ਅਰਦਾਸੇ 'ਤੇ, ਇਹ ਤਾਂ ਅਰਦਾਸ ਕਰਕੇ ਮੁੜ ਕੇ ਮੁੱਕਰ ਜਾਂਦੇ ਆ। ਉਹ ਮਰਦ ਲੰਮੀ ਪੋਖੜ ਤਾਲ ਰੱਖਣ ਤੋਂ ਬਾਅਦ ਸ਼ਹੀਦ ਹੋਇਆ। ਅਫਸੋਸ ਦੀ ਗੱਲ, ਅੱਜ ਚੋਰ ਲੀਡਰਾਂ ਦੀਆਂ ਬਰਸੀਆਂ ਮਨਾਈਆਂ ਜਾ ਰਹੀਆਂ, ਬੜੇ ਬੜੇ ਵੱਡੇ ਇਕੱਠ ਹੁੰਦੇ ਨੇ ਪਰ ਉਸ ਅਣਖੀ ਬੰਦੇ ਦੀ ਬਰਸੀ ਕਦੇ ਉਹਨੇ ਵੱਡੀ ਪੱਧਰ ਨਾਲ ਨਹੀਂ ਮਨਾਈ ਜਿੰਨੀ ਮਨਾਉਣੀ ਚਾਹੀਦੀ ਸੀ। ਖੈਰ, ਇਸ ਤੋਂ ਬਾਅਦ ਫਿਰ ਇਹ ਪੰਜਾਬ ਦੇ ਨਾਲ ਹਰ ਮੋੜ 'ਤੇ ਵਿਦਰੋਹ ਹੁੰਦਾ ਆਇਆ। ਆਖਿਰਕਾਰ 1977 ਤੱਕ ਗੱਲ ਗਈ, ਉਦੋਂ ਦੇਸ਼ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਸੀ। ਇਹਨੇ ਦੇਸ਼ ਵਿੱਚ ਐਮਰਜੈਂਸੀ ਲਾ ਦਿੱਤੀ। ਐਮਰਜੈਂਸੀ ਦਾ ਮਤਲਬ ਸੀ ਲੋਕਾਂ ਦੀ ਆਜ਼ਾਦੀ ਦਾ ਸਾਹ ਘੁੱਟਣਾ। ਸਾਰਾ ਦੇਸ਼ ਗੁਲਾਮੀ ਪ੍ਰਵਾਨ ਕਰ ਗਿਆ, ਪੰਜਾਬੀਆਂ ਨੇ ਪ੍ਰਵਾਨੀ ਕੀਤੀ, ਖਾਸ ਕਰਕੇ ਸਿੱਖਾਂ ਨੇ। ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਬੜੇ ਵੱਡੇ ਧਾਰਮਿਕ ਨਗਰ ਕੀਰਤਨ ਕੱਢ ਕੇ ਜਾਗਰਤੀ ਪੈਦਾ ਕੀਤੀ ਕਿ ਆਜ਼ਾਦ ਦੇਸ਼ ਵਿੱਚ ਲੋਕਾਂ ਨੂੰ ਆਪਣੀ ਗੱਲ ਕਰਨ ਦਾ ਪੂਰਾ ਹੱਕ ਹੋਣਾ ਚਾਹੀਦਾ। ਔਰ ਸੱਚ ਜਾਣਿਓ, ਕਿਸੇ ਲੀਡਰ ਦੇ ਹੁਕਮ ਨੂੰ ਕੋਈ ਕੌਮ ਚੈਲੰਜ ਕਰੇ ਫਿਰ ਉਹ ਲੀਡਰ ਦੀ ਅੱਖ ਵਿੱਚ ਰੜਕਣ ਲੱਗ ਪੈਂਦੇ ਆ। ਇੰਦਰਾ ਗਾਂਧੀ ਨੇ ਆਖਿਆ ਸਿੱਖ ਕੌਣ ਨੇ, ਮੇਰੇ ਹੁਕਮ ਨੂੰ ਚੈਲੰਜ ਕਰਨ ਵਾਲੇ ਸਮਾਂ ਆਏਗਾ, ਇਹਨਾਂ ਨੂੰ ਸਬਕ ਸਿਖਾ ਦਿੱਤਾ ਜਾਏਗਾ। ਬਸ ਨਿੱਕੀਆਂ ਨਿੱਕੀਆਂ ਗੱਲਾਂ ਵੱਡੇ ਕਾਰਨ ਬਣਦੇ ਗਏ ਅਤੇ ਕੁਦਰਤ ਦੀ ਕੋਈ ਆਪਣੀ ਅਚਰਜ, ਇਹ ਵੀ ਇੱਕ ਸਮਝ ਲਓ ਵੀ ਮਰਜ਼ੀ ਸੀ। ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇੱਕ ਐਕਸੀਡੈਂਟ ਦੌਰਾਨ ਅਕਾਲ ਚਲਾਣਾ ਕਰ ਗਏ, ਪਰਮੇਸ਼ੁਰ ਨਾਲ ਅਭੇਦ ਹੋ ਗਏ ਔਰ ਉਹਨਾਂ ਦੀ ਜਗ੍ਹਾ 'ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆ ਗਏ। ਉਹਨਾਂ ਦੀ ਉਮਰ ਭਰ ਜਵਾਨੀ ਦੀ ਸੀ, ਉਹਨਾਂ ਦੇ ਜਜ਼ਬਿਆਂ ਵਿੱਚ ਇੱਕ ਜਵਾਰ ਭਾਟੇ ਦੀ ਤਰ੍ਹਾਂ ਅਣਖ ਸੀ ਔਰ ਜਵਾਲਾ ਮੱਚਦੀ ਸੀ ਉਹਨਾਂ ਦੇ ਹਿਰਦੇ ਅੰਦਰ। ਉਹਨਾਂ ਨੇ ਦਮਦਮੀ ਟਕਸਾਲ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਪਿੰਡ ਪਿੰਡ ਦੀਵਾਨ ਲਾਉਣੇ ਆਰੰਭ ਕਰਤੇ। ਉਦੋਂ ਵੀ ਅੱਜ ਵਾਂਗੂ ਨੌਜਵਾਨ ਪੱਤ ਧੋਈ ਜਾ ਰਹੇ ਸਨ, ਬਹੁਤ ਸਾਰੇ ਨੌਜਵਾਨ ਨਸ਼ਿਆਂ ਵਿੱਚ ਪਕੜ ਵਿੱਚ ਆਏ ਹੋਏ ਸਨ। ਸੰਤ ਜਰਨੈਲ ਸਿੰਘ ਜੀ ਨੇ ਆਖਿਆ ਗੁਰੂ ਨਾਨਕ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਕਰਕੇ ਇਹਨਾਂ ਨੂੰ ਦੱਸੀਏ ਵੀ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਤਲਵਾਰਾਂ ਦੀਆਂ ਧਾਰਾਂ 'ਤੇ ਨੱਚਦਿਆਂ ਲੰਘੀ। ਉਹ ਅਣਖੀ ਵੀਰ ਬਹਾਦਰਾਂ ਦੇ ਪੁੱਤਰੋ, ਨਸ਼ੇ ਖਾਂਦੇ ਚੰਗੇ ਨਹੀਂ ਲੱਗਦੇ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਔਰ ਪਿੰਡ ਪਿੰਡ ਉਹਨਾਂ ਨੇ ਦੀਵਾਨ ਲਾਏ, ਗੁਰਬਾਣੀ ਦੀਆਂ ਕਥਾ ਵਿਚਾਰਾਂ ਹੋਣੀਆਂ, ਅਣਖ ਦੀਆਂ ਗੱਲਾਂ ਵੀ ਹੋਣੀਆਂ। ਇਹਨਾਂ ਧਾਰਮਿਕ ਸਮਾਗਮਾਂ ਵਿੱਚੋਂ ਵਕਤ ਦੇ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਇਉਂ ਲੱਗਦਾ ਸੀ ਵੀ ਜਿਵੇਂ ਸੰਤ ਜਰਨੈਲ ਸਿੰਘ ਨੌਜਵਾਨਾਂ ਦੇ ਜਜ਼ਬਾਤ ਭੜਕਾ ਰਿਹਾ, ਉਹਨਾਂ ਨੂੰ ਇੱਕ ਇਨਕਲਾਬੀ ਸੰਘਰਸ਼ ਦੇ ਰਾਹ ਪਾ ਰਿਹਾ। ਜੇ ਇਹ ਇਨਕਲਾਬੀ ਸੰਘਰਸ਼ ਜ਼ੋਰ ਫੜ ਗਿਆ ਤਾਂ ਕਿਤੇ ਇਸ ਦੇਸ਼ ਦੇ ਹੋਰ ਟੋਟੇ ਨਾ ਹੋ ਜਾਣ ਅਤੇ ਸਿੱਖ ਕੌਮ ਆਜ਼ਾਦ ਖਿੱਤੇ ਦੀ ਮਾਲਕ ਨਾ ਬਣ ਜਾਏ। ਔਰ ਸੰਤ ਜਰਨੈਲ ਸਿੰਘ ਜੀ ਦੇ ਧਾਰਮਿਕ ਪ੍ਰੋਗਰਾਮ ਵੀ ਉਹਨਾਂ ਨੂੰ ਰੜਕਣ ਲੱਗ ਪਏ। ਬੜੀਆਂ ਵੱਡੀਆਂ ਬਾਹਾਂ ਹੁੰਦੀਆਂ ਏਜੰਸੀਆਂ ਦੀਆਂ, ਸਰਕਾਰਾਂ ਦੀਆਂ। ਫਿਰ 78 ਵਿੱਚ ਉਹਨਾਂ ਨੇ ਨਿਰੰਕਾਰੀ ਨੂੰ ਪੰਜਾਬ ਵਿੱਚ ਭੇਜਿਆ, ਬਾਬੇ ਗੁਰਬਚਨੇ ਨੂੰ। ਉਹਦੀ ਵਿਚਾਰਧਾਰਾ ਬਿਲਕੁਲ ਨਾਸਤਿਕ ਵਾਲੀ ਸੀ ਔਰ ਉਹਦੇ ਅੰਦਰ ਹੰਕਾਰ ਸਿਰ ਚੜ੍ਹ ਕੇ ਬੋਲਦਾ ਸੀ। ਇੱਥੋਂ ਤੱਕ ਸਿੱਖਾਂ ਦੀਆਂ ਭਾਵਨਾਵਾਂ ਨੂੰ ਜ਼ਖਮੀ ਕਰਨ ਵਾਸਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵੀ ਬੇਅਦਬੀ ਕਰਨ ਤੋਂ ਬਾਜ਼ ਨਹੀਂ ਸੀ ਆਉਂਦਾ। ਉਹ ਸਤਿਗੁਰਾਂ ਦੇ ਸਿਧਾਂਤ 'ਤੇ ਵੀ ਟੀਕਾ ਟਿੱਪਣੀ ਕਰ ਜਾਂਦਾ ਸੀ, ਜਿਵੇਂ ਸਤਿਗੁਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਿਤਾਬ ਕਹਿ ਦੇਣਾ, ਪੰਜਾਂ ਪਿਆਰਿਆਂ ਦੇ ਬਰਾਬਰ ਸੱਤਾਂ ਸਤਾਰਿਆਂ ਦੀ ਗੱਲ ਕਰਨੀ। ਅਤੇ ਯਾਦ ਰੱਖੋ, ਉਹਨੂੰ ਪੰਜਾਬ ਭੇਜਿਆ ਗਿਆ ਸਪੈਸ਼ਲ,
उहदे मतलब दे अफसर लाए गए डीसी तां कि उहदे काम विच कोई अड़का ना पवे। उस वक्त साडी अपनी सरकार सी जिहड़ा अज मुख्यमंत्री है, ये ठत्तर विच वी मुख्यमंत्री सी। ते याद रखो जिन्ना चिर कोई सरकार किसी नूं धार्मिक प्रोग्राम करन दी इजाजत ना दे उन्ना चिर कोई जथेबंदी प्रोग्राम नहीं कर सकदी। आ नूरमैलियां दा झगड़ा पिया सी कैप्टन वेले, उन्हें एको वार कहा सी भी अपने डेरे च काम करिया करो, डेरे तो बाहर तुहाडा कोई समागम नहीं असीं चलण देंगे, तुसीं पंजाब दी शांति नूं भंग करना चाहुंदे हो। पर पता नहीं एजेंसियां ने किस तरह उन्हूं इत्थे इजाजत मिल गई, उन्हें दिन रख लिया अमृतसर और विसाखी का, इत्थे उन्हें अपने प्रोग्राम नूं अंजाम देण वास्ते। हुण अखंड कीर्तनी जथा ये बड़े नाम बाणी वाले सारे अभ्यासी सिंह सन, इन्होंने बड़ी डट के विरोधता की, संत जरनैल सिंह जी नाल सलाह की भी उन्होंने पोस्टर ते तेजा सिंह समुद्री हालत भी लागे ने और गुरु नानक निवास से भी लागे ने, ते गुरु रामदास जी का जिहड़ा लंगर उहदियां कंधां तक उन्होंने पोस्टर लाते भी साडा बाबा निरंकारी आ रहा है, इन्नी तरीक नूं असीं संसा करना ते उत्थे पहुँचो। इहदा मतलब बहुत दलेरी नाल अपने काम नूं अंजाम दे रहे सन। सलाह होई भी उहनूं समझाउण दा यतन किया जाए, फैसला होया भाई फौजा सिंह जी की अगवाई हेठ सिंह जाणगे और बचने निरंकारी नूं समझाउण दा यतन करनगे भी इदा गुरु ग्रंथ साहब के बरखिलाफ़ नहीं बोलीदा, गुरु गोबिंद सिंह दी रीसा तू किवें कर लेंगा जिन्हें सारा परिवार ही वारता देश तो, इस करके तू जे कुछ कहना तो अपने ढंग नाल कह, पर सिख कौम का सबर ना परख। खालसा जी उन्हां दीआं पहले ही तैयारियां सी, पुलिस उन्हां दे हक विच सी, सतनाम वाहिगुरु करदे ये विचारे गए कौम दे लाल, इन्हां ने जाके दलील नाल गल करनी सी पर अगों गोलियां दा मीह वर लग पिया और एक एक करके सिंह धरती ते डिगण लग पए। किसी दे मुख विचों सी नहीं निकली, सगों मन विच चाओ सी कि यह शहीदी बाटा गुरु ग्रंथ साहिब महाराज जी के सत्कार खातर मिल रहा है, ये शरीर ने मरते जाना ही है, जे बाणी के सत्कार खातर मौत आवे तो होर चाहिए कि। और सब तो दुखदाई पक्ष पंजाब पुलिस वाले होर ये सारे वेंदे रहे, किसी ने जुरत नहीं की उन्होंने ये कहण दी भी इदा गोलियां चला के सिखां दा कतल ना करो। चिट्टे दिन लहू डुला सिख कतल होए और दुनिया दी अखबारां विच हाहाकार मच गई, लहू लिबड़ियां लाशां पोस्टमार्टम कीतियां जा रही सन, ते सिखां दे अंदर जज्बातां दा एक पचाल आया होया। अगले दिन दीयां सारियां ही अखबारां विच इन्हां शहीद सिंघां दीयां तस्वीरां और बाबे बचने दा निरंकारी बचने दी एक काली करतूत, पूरा पंजाब नहीं पूरी सिख कौम दे अंदर एक जख्म हो गया। संत जरनैल सिंह जी ने मीटिंग रख ली जिहदे विच सारियां जथेबंदियां दे नुमाइंदे कार सेवा वाले बाबे भी, फैडरेशन वाले भी, अखंड कीर्तनी जथे वाले भी, कुछ अकाली लीडर भी, और ये सारा प्रोग्राम लंगर हाल के उपर रख्या गया। उस वक्त सारे बुलारिया ने अपना अपना लैक्चर इस विषय से किया, पर जदों कौम के जरनैल की वारी आई उहदियां अखां चों लहू सिमरिया, मत्थे ते ममूली जी त्यूड़ी उहदे डौलियां विच अणख अंगड़ाई लै रही सी, उहदे दिल की धड़कन विचों कुछ नवं निकल रहा दिस रहा सी। उन्हें अखबार उची करके आख्या खालसा जी हुण कोई कसर बाकी रह गई है, इस देश विच सरकार भी साडी ते गोलियां भी साडे भरावां दी हिक विच वजण, ते दोष ये होवे भी असीं अपने गुरु की खातर बाणी पढ़ते जाइए, हुण दसो की करना है। और मेरा विचार है भी हुण साडी पग नूं सिद्धे रूप विच सेंटर सरकार ने हथ पा लिया, जे तुसीं अपनी पग अपने सिर ते रखनी है, अणख नाल जिउणा है, ते फिर तगड़े हो के गुरु ग्रंथ साहिब महाराज जी के चरणा च अरदास करके सिद्धे हो जाओ, नहीं तो दुश्मन तुहाडी इज्जत नूं मिट्टी विच इसे तरह रोलदा रहेगा। आओ हजारां दे कठ विच कौम के महान जरनैल ने एक जोश भरी तकरीर करके पंजाबियों की अणख में जिवें टुंबिया वक्त की तस्वीर में इउं बने किया जा रहा। रो विच आके आखिया संता सुनो सिंगो तकरीर जरा, विच अखबारा तक लो अखी लौज बड़ी तस्वीर जरा, अमृतसर दी धरती ते किज मेघ जुल्म दे वर रहे ने, उठो शेरो नींद ते आको दुश्मन हमले कर रहे ने। रो विच आके आखिया संता सुनो सिंगो तकरीर जरा, विच अखबारा तक लो अखी लौल बड़ी तस्वीर जरा, अमृतसर दी धरती ते किंज मेघ जुल्म दे वर रहे ने, उठो शेरो नींद ते आगो दुश्मन हमले कर रहे ने। लौ साडे विच खेडी होली, लौ साडे विच खेडी होली, चिट्टे दिन हंकारी ने मिट्टी दे विच अज
ਮਤ ਰੋਲੀ ਗੁਰਬਚਨੇ ਨਿਰੰਕਾਰੀ ਨੇ ਓ ਪਰਖਣ ਦੇ ਲਈ ਸਿਦਕ ਤੁਸਾਂ ਦਾ ਇੱਕ ਤੇ ਪੱਥਰ ਤਰ ਰਹੇ ਨੇ ਉੱਠੋ ਸ਼ੇਰੋ ਨੀਂਦ ਤੇ ਆਗੋ ਦੁਸ਼ਮਣ ਹਮਲੇ ਕਰ ਰਹੇ ਨੇ ਜੇ ਗੈਰਤ ਨਾਲ ਜਿਉਣਾ ਚਾਹੁੰਦੇ ਜੇ ਗੈਰਤ ਨਾਲ ਜਿਉਣਾ ਚਾਹੁੰਦੇ ਫਿਰ ਤਲੀਏ ਸਿਰ ਤਰਨਾ ਪਊ ਸਿਦਕ ਦੀ ਬੇੜੀ ਪੈਰ ਟਕਾ ਕੇ ਅਗਨ ਸਮੁੰਦਰ ਤਰਨਾ ਪਊ ਪੁੱਤ ਮਾਵਾਂ ਦੇ ਬਿਨਾਂ ਕਸੂਰ ਪੁੱਤ ਮਾਵਾਂ ਦੇ ਬਿਨਾਂ ਕਸੂਰ ਕਿਉਂ ਗੋਲੀ ਨਾਲ ਮਰ ਰਹੇ ਨੇ ਉੱਠੋ ਸ਼ੇਰੋ ਨੀਂਦ ਤੇ ਆਗੋ ਦੁਸ਼ਮਣ ਹਮਲੇ ਕਰ ਰਹੇ ਨੇ ਸੁਣ ਨੀ ਹੁੰਦੇ ਉਲਟ ਗੁਰਾਂ ਦੇ ਲਫ਼ਜ਼ ਵੈਰੀਆਂ ਬੋਲੇ ਜੋ ਸ਼ਬਦ ਗੁਰੂ ਦੀ ਹੋਂਦ ਨੂੰ ਖਤਰਾ ਇਹ ਹਨ ਕਾਫਰ ਟੋਲੇ ਜੋ ਸਿੱਖ ਬਾਗ ਦੀਆਂ ਕੂਲੀਆਂ ਲਗਣਾ ਝੁੰਡ ਗਿੱਦੜਾਂ ਦੇ ਚੜ ਰਹੇ ਨੇ ਉੱਠੋ ਸ਼ੇਰੋ ਨੀਂਦ ਤੇ ਆਗੋ ਦੁਸ਼ਮਣ ਹਮਲੇ ਕਰ ਰਹੇ ਨੇ ਬਿਨ ਕੁਰਬਾਨੀ ਹੱਲ ਨਹੀਂ ਹੋਣਾ ਪਰਚਾ ਸਿਦਕ ਮਰੀਦਾਂ ਦਾ ਕਹਿਣ ਸਿਆਣੇ ਜਾਏ ਨਾ ਬਿਰਥਾ ਬੁੱਲਿਆ ਖੂਨ ਸ਼ਹੀਦਾਂ ਦਾ ਘਰ ਘਰ ਦੇ ਵਿੱਚ ਵੜ ਕੇ ਪਾਪੀ ਕੱਟ ਸਿੱਖੀ ਦੇ ਪਰ ਰਹੇ ਨੇ ਉੱਠੋ ਸ਼ੇਰੋ ਨੀਂਦ ਤੇ ਆਗੋ ਦੁਸ਼ਮਣ ਹਮਲੇ ਕਰ ਰਹੇ ਨੇ ਸਿਰ ਨੀਵਾਂ ਕਰ ਜਿਉਣਾ ਜਗ ਤੇ ਮੇਣਾ ਮਰਦ ਜਵਾਨਾਂ ਨੂੰ ਦੱਸ ਦਿਓ ਜਗ ਨੂੰ ਲਾ ਕੇ ਡੱਕਾ ਪੈਂਦੇ ਜ਼ੁਲਮ ਤੂਫਾਨਾਂ ਨੂੰ ਚੁਣ ਚੁਣ ਸੋਧੋ ਦੁਸ਼ਟ ਲਟੇਰੇ ਲੁੱਟ ਦੋ ਸਾਡਾ ਕਰ ਰਹੇ ਨੇ ਉੱਠੋ ਸ਼ੇਰੋ ਨੀਂਦ ਤੇ ਆਗੋ ਦੁਸ਼ਮਣ ਹਮਲੇ ਕਰ ਰਹੇ ਨੇ ਗੱਲੀ ਬਾਤੀ ਸ਼ਾਂਤ ਨਹੀਂ ਹੋਣੀ ਗੱਲੀ ਬਾਤੀ ਸ਼ਾਂਤ ਨਹੀਂ ਹੋਣੀ ਅੱਗ ਸਤਮ ਦੀ ਭੜਕ ਰਹੀ ਜੋ ਦੁਸ਼ਟਾਂ ਨੇ ਕਰੀ ਵਧੀਕੀ ਦਿਲ ਮੇਰੇ ਵਿੱਚ ਰੜਕ ਰਹੀ ਛੱਡ ਦੇ ਮਾਲਾ ਚੁੱਕ ਲੋ ਤੇਗਾ ਛੱਡ ਦੇ ਮਾਲਾ ਚੁੱਕ ਲੋ ਤੇਗਾ ਸਬਰ ਪਿਆਲੇ ਭਰ ਰਹੇ ਨੇ ਉੱਠੋ ਸ਼ੇਰੋ ਨੀਂਦ ਤੇ ਆਗੋ ਦੁਸ਼ਮਣ ਹਮਲੇ ਕਰ ਰਹੇ ਨੇ ਕਿਉਂ ਯੋਧਿਆਂ ਦੀ ਧਰਤੀ ਉੱਤੇ ਟੋਲੇ ਫਿਰਨ ਗਦਾਰਾਂ ਦੇ ਸਿੱਖਾਂ ਦੀ ਸਰਕਾਰ ਦੇ ਹੁੰਦਿਆਂ ਲੈਂਦੇ ਸਿਰ ਸਰਦਾਰਾਂ ਦੇ ਚਾਰ ਦਿਨਾਂ ਦੀ ਚੌਧਰ ਬਦਲੇ ਬੁੱਧ ਦਿਲ ਬੰਦੇ ਠਰ ਰਹੇ ਨੇ ਉੱਠੋ ਸ਼ੇਰੋ ਨੀਂਦ ਤੇ ਆਗੋ ਦੁਸ਼ਮਣ ਹਮਲੇ ਕਰ ਰਹੇ ਨੇ ਬੇਅਨਸਾਫੀ ਦੀ ਹੱਦ ਹੋ ਗਈ ਕੋਈ ਰਸਤਾ ਹੁਣ ਬਾਕੀ ਨਾ ਦਿਲ ਮੇਰੇ ਵਿੱਚ ਰੀਝ ਚਿਰਾਂ ਦੀ ਰਹਿਣ ਜਿਉਂਦੇ ਪਾਪੀ ਨਾ ਜੋ ਹੰਕਾਰ ਦੇ ਬੇੜੇ ਚੜ ਕੇ ਲਉ ਸਾਡੇ ਵਿੱਚ ਤਰ ਰਹੇ ਨੇ ਉੱਠੋ ਸ਼ੇਰੋ ਨੀਂਦ ਤੇ ਆਗੋ ਦੁਸ਼ਮਣ ਹਮਲੇ ਕਰ ਰਹੇ ਨੇ ਵਕਤ ਦੀ ਹੋਣੀ ਕਹਿ ਰਹੀ ਸਿੰਘੋ ਵਕਤ ਦੀ ਹੋਣੀ ਕਹਿ ਰਹੀ ਸਿੰਘੋ ਜ਼ੁਲਮ ਜੰਜੀਰਾਂ ਤੋੜ ਦਿਓ ਜੋ ਦੁਸ਼ਟਾਂ ਨੇ ਕੱਲੀ ਭਾਜੀ ਸਣੇ ਨੇ ਉਂਦਰੇ ਮੋੜ ਦਿਓ ਜੋਗਾ ਸਿੰਘਾ ਜਾਗ ਜਾਣਦਾ ਜੋਗਾ ਸਿੰਘਾ ਜਾਗ ਜਾਣਦਾ ਮੌਤੋਂ ਸਿੰਘ ਨ ਡਰ ਰਹੇ ਨੇ ਉੱਠੋ ਸ਼ੇਰੋ ਨੀਂਦ ਤੇ ਆਗੋ ਦੁਸ਼ਮਣ ਹਮਲੇ ਕਰ ਰਹੇ ਨੇ ਉਹ ਦੁਸ਼ਮਣ ਹਮਲੇ ਕਰ ਰਹੇ ਨੇ ਸੰਤਾਂ ਨੇ ਆਖਿਆ ਖਾਲਸਾ ਜੀ ਜ਼ਫਰਨਾਮੇ ਵਿੱਚ ਔਰੰਗਜ਼ੇਬ ਨੂੰ ਸੰਬੋਧਨ ਕਰਦਿਆਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਗੱਲ ਲਿਖੀ ਸੀ ਚੂੰ ਕਾ ਰਾਜਾ ਮਹੇਲ ਤੇ ਦਰ ਗੁਜ਼ਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਏ ਦਸਤ ਜਦੋਂ ਗੱਲ ਦਲੀਲ ਅਪੀਲ ਨਾਲ ਕੋਈ ਨਾ ਹੀ ਸੁਣੇ ਫਿਰ ਸਿੱਖ ਦਾ ਫਰਜ਼ ਹੈ ਉਹ ਆਪਣਾ ਹੱਥ ਤਲਵਾਰ ਦੀ ਮੁੱਠੀ ਨੂੰ ਪਾ ਲਵੇ ਤੇ ਇਹ ਜਾਇਜ਼ ਵੀ ਹੈ ਪੰਜਾਬ ਦੀ ਅਣਖ ਜਾਗੀ ਸੰਤ ਜਰਨੈਲ ਸਿੰਘ ਜੀ ਹੀਰੋ ਬਣ ਗਏ ਔਰ ਇਤਿਹਾਸ ਕਹਿੰਦਾ ਵਧੀਕੀ ਇੱਕ ਨਹੀਂ ਕਾਨੂੰਨ ਨੇ ਸਾਡੇ ਨਾਲ ਹਰ ਪੱਖ ਤੋਂ ਵਧੀਕੀ ਕੀਤੀ ਉਹਦਾ ਕੇਸ ਬਦਲ ਕੇ ਹਰਿਆਣੇ ਲੈ ਗਿਆ ਉਹ ਜਿਹੜਾ ਜੱਜ ਉਹਦੇ ਫੈਸਲੇ 'ਤੇ ਲਾਇਆ ਉਹ ਵੀ ਨਿਰੰਕਾਰੀ ਔਰ ਉਹ ਬੈਂਚ ਹੀ ਇੱਦਾਂ ਦਾ ਬਣਿਆ ਸਾਰਾ ਹੀ ਉਹਦੀ ਹਮਾਇਤ ਵਾਲਾ ਉੱਥੋਂ ਉਹਨੂੰ ਬਰੀ ਕਰਤਾ ਅਤੇ ਸਿੱਖਾਂ ਦੇ ਜ਼ਖਮਾਂ 'ਤੇ ਇੱਕ ਵਾਰੀ ਫਿਰ ਲੂਣ ਲੱਗ ਗਿਆ ਹੱਦ ਹੋ ਗਈ ਸਿੱਖ ਚਿੜੀ ਵੀ ਮਾਰ ਦੇਣ ਅਤੇ ਫਾਂਸੀ ਤਾਂ ਗੱਲ ਜਾ ਕੇ ਮੁੱਕਦੀ ਹੈ ਅਤੇ ਸਿੱਖਾਂ ਦੀਆਂ
शरेआम लाशां धरती ते कोई सुट देवे शहीदियां हो जाण ते उहनूं एक दिन की भी सज़ा ना मिले। इस देश का कानून सिखां वास्ते होर है, बाकी लोगों वास्ते होर है। फिर गुरु के लाल जुझारू नौजवान मुंडे उन्होंने सरदार हरि सिंह नलवे के इतिहास तो सीध लैके फिर निरंकारियों सोधना शुरू कर दिया। और याद रखो सिंह साहब भाई रणजीत सिंह ने बड़ी दलेरी नाल जिथे वह रहिंदा सी गुरबचना निरंकारी उत्थे ते हवा भी पुण के जाती सी, उतों तक पहुँच के उस मर्द ने उन्हूं सिखी परंपरा मुताबिक सज़ा दी और अपनी जिंदगी दे कीमती साल जेल में गुजारे। बड़ा दुख हंडाया उस मर्द ने अपने पिंडे उत्ते, पर उन्हें कौम की एक बार डिगी हुई पग कौम के सिर उत्ते रख दी। इस तों बाद प्रेस का एक हिस्सा उस संत जरनैल सिंह जी नूं अतवादी लिखण लग पाया और इस तरह के लेख लिखने भी जिवें अगे पाकिस्तान बनिया जे गतिविधियां नूं नथ ना पाई तो संत जरनैल सिंह जी के इशारियां ते एक बार हिंदुस्तान के फिर टुकड़े टुकड़े हो जाएंगे। भावें संतां दे बचनां विचों कदे कोई इहो जी गल नहीं सी सुनी जांदी, पर फिर भी उन्हां दे जिहड़े बचन बलास सन उन्हां नूं बड़ी होर पुठी जी रंगत दे के उन्होंने अपनी अखबारों में छापना। और कई बार कोई हिंदू एक्सीडेंट विच भी मर जाना उहदे बारे भी आखना यह संतां ही करवाया, जे किसी नाल कोई होर कारा हो जाना तां वी संतां दे नाल नाल जोड़ देना। हालांकि संत जरनैल सिंह जी सारिआं दे हमायती सन और हिंदुआं दीआं धीआं उन्होंने वसाइया जिन्हां नूं दाज खातर लोगों ने घरों कढ़िया सी, हिंदुआं गरीबां दे कईआं दे उन्होंने घर बना के दिते। जेल गुरदासपुर विच गुरद्वारा बाद च बनाया ते मंदिर पहलां बनाया भाई अमरीक सिंह जी उदों उत्थे सन उन्होंने कह के, यानी उन्होंने उपदेशों विचों सरबसांझी वालते दी झलक पैंदी सी। पर जिहड़े शैतान लोग सन फिरका प्रस्त लोग सन वह लिखणों ना हटे। आखिर 1981 दे सितंबर महीने लाला जगत नारायण कतल हो गया ते इहदे कतल दीआं तंदां संत जरनैल सिंह जी नाल जोड़ दित्तियां गईआं। और इतिहास कहिंदा है संतां दे फरंट जारी हो गए, संतां ने आप ही आख्या भी असीं गिरफ्तारी दे देंगे। चंदो कलों जदों घेरा पाया संत जी नूं फड़न दे बहाने दमदमी टकसाल दीआं बसां साड़तीआं, गुरबाणी दे गुटके साड़ते, सिंघां दीआं शहीदियां होईआं। संतां ने ऐलान कर दिता भी सरकार एवें लोकां नूं तंग ना करे, असीं मैते चौंक गिरफ्तारी दे देंगे, सानूं पकड़ के जो करना सरकार ने कर लवे। मैते चौंक गिरफ्तारी होई, बड़ी अमन शांति नाल संतां ने लैक्चर दिता भी कानून अपना काम करेगा, तुसीं शांतमई रह के पाठ करो जपजी साहब दे चपई साहब दे। पर फिर भी CRP वालियां ने उत्थे दर्जना बंदे गोलियां नाल एवें अड़ा दिते। संत जी फिरोजपुर जेल में चले गए, 25 दिन उह जेल में रहे। ओड़क सेंटर सरकार नूं झुकना पिया, प्रूफ कोई नहीं सी। उधरों सिंह हवाई जहाज अगवा करके लाहौर लै गए। पूरे वर्ल्ड में खबरां फैल गई भी सिख अपना हक मंगते, सिखां नूं अपने हक की जरूरत है हवाई जहाज नूं गवाह करन दा। इहो ही मामला सी नौजवान गभरूआं दा, होर उन्हां दा मुसाफरां नाल कोई वैर नहीं। ओड़क मजबूरी बस इह संतां नूं रिहा कर दिता गया। बाद विच संत बाबा अमरीक सिंह जी आल इंडिया सिख स्टूडेंट फैडरेशन वाले भाई अमरीक सिंह जी प्रधान और उन्होंने नाल भाई ठारा सिंह जी ये फड़ लै गए। इन्हों वाला इन्हों छुड़ाउण वास्ते मोर्चा लगा, नाल नाल अकाली मोर्चा चल रहा सी। फिर दोवें एक मंच ते मोर्चे इकट्ठे हो गए ते गल चल पी आनंदपुर दे मते दी। संखेप विच क्योंकि समा इन्ना नहीं है, कुछ बहुत विस्तार विच कहा जाए। इहदे विच सारियां ही मंगां सी भी सेंटर सरकार आर्मी कोल रख लै, गृह मंत्रालय कोल रख लै, तार महकमा कोल रख लै, रेल कोल रख लै, बाकी जिहड़े महकमे वो स्टेट नूं दे दित्ते जाण ते खुद मुख्तियारी नाल इह पंजाब बाकी स्टेटां भी तरक्की करन। हालांकि जे खुद मुख्तियारी मिल जाती खालसा जी, इहदे विच पंजाबियों नूं सुख मिलना सी ना कि सिखां नूं, क्योंकि पंजाब विच सारे ही वसदे, हिंदू भी वसदे आ, सारे रदासीए वसदे आ। पर जाण बुझ के आनंदपुर के मते नूं वक्खवादी मता प्रचारिया गया भी आनंदपुर का मता खालिस्तान की आधारशिला है, खालिस्तान की नहीं है। जे ये सरकार ने मन लिया तो समझो वक्खरा राज सिखां लिया ही लिया। इस करके इनू प्रेस विच वक्खवादी मता उछालिया गया, हालांकि यह केवल वध अधिकारां दी गल करदा सी। अखीर नाल नाल गिरफ्तारियां धर्म युद्ध मोर्चे दियां तुसां वेखे ही है, तुहाडे विचों बहुते जिहड़े वड्डे आ उह तां हो के आए होणगे। इन्नियां जेलां असां भरियां थां ही नहीं सी उहनां कोल रिहा, रात नूं फड़ना सवेरे उहनां ने छड़ देना और हज़ारां दी गिणती विच सिंघां ने गिरफ्तारियां दित्तियां। नाल नाल मीटिंगां शुरू हो गईआं क्योंकि सेंटर सरकार नूं पता सी सिख संगत विच बड़ा जोश है, सिख कौम विच बड़ा उत्साह है, पर जिहड़े इहनां दे लीडर ने ना उहनां दे अंदर कुर्सी दी पोक है।
उन्होंने थोड़ा जहा कुछ देिए लालच तो वो अपनी कौम के जज्बातों खेड सकते हैं। याद रखो कई बार इस तरह होया, शाह मुहम्मद एक जरनैल बाजों फौजा जित के अंत न हारिया ने उत्थे, तो जरनैल बाजों इतने फौजा जित दिया सी, तो जरनैलों के दिलों में बेईमानी सी। और सेंटर सरकार ने मीटिंगा का गेट शुरू कर दिता, हर लीडर नाल उन्हां वारी वारी मीटिंग की। जनरल के एस बराड़ ने अपनी किताब में बहुत हवाले दिते है, और जिहड़ी किताब सुखप्रीत सिंह उद्दोके ने सब तो बाद च लिखी है वो पढ़ो, उहदे विच तरीकां दित्तियां, थां दित्ते है, लीडरां दे नां दित्ते है भी किहड़ा लीडर किहड़े वेले जाके सेंटर सरकार नूं मिलदा रहा ते मीटिंगां करदा रहा। और हर मीटिंग विच पंजाब दी गल घट, कौम दी गल घट, ते अपने हितां दी गल घट। अखीर इंदिरा गांधी नूं बहुत सारे लोगों ने चुकना देती भी पंजाब विचों हिंदुओं की हिजरत हो रही है, हिंदू दुकाना आदि वेच के बाहरों भज रहे हैं, तो जे पंजाब विच शांति ना हुई तो हिंदुओं का जाड़ा हो जाएगा, देश के टोटे हो जाएंगे। ये सारिया सरगर्मियां काल तख्त तो चल रही हैं, हरिमंदर साहब तो चल रही हैं, जिहड़ियां संत जरनैल सिंह जी चला रहे, तो इन्हां नूं करन दा इक्को ही तरीका है भी फौज भेजी जाए। लाल कृष्ण अडवाणी ने अपनी किताब विच बड़ी दलेरी नाल मनिया भी असी इंदिरा गांधी नूं फौज भेजण वास्ते मजबूर किया। उन्हें फिर सब तो बाद जिहड़ी मीटिंग की उहदे विच उहने सिख लीडर नूं टोया, तो सिख लीडर ने आख्या बीबी बाकी तो सारे मनण नूं तैयार है, संत जरनैल सिंह जी नूं मनाउणा कोई खाला जी का वाड़ा नहीं, क्योंकि वह गुरबाणी वाले ने और सिख सिद्धांत वाले ने, उन्हां दा सिर ते भावें चलिया जाए पर उन्होंने किसी ढंग नाल अपनी गल जिहड़ी उह तुहाथों मनवा के रहनी है। तो सच्ची गल है भी मोर्चा साढ़े हथों जाता रहा, फिर बीबी नूं बहाना मिल गया। हुण फौजी कार्रवाई करन दा उहने कुल फौजी अफसरां दी मीटिंग की, जिहड़ा वड्डा अफसर सी सिन्हा उहनूं जदों तजवीज़ रखी भी दरबार साहब ते अटैक करना, उहने आख्या साढ़े वस दा रोग नहीं, फौज ते हुंदी है बाहरले देशां ते हमला करन वास्ते, हरिमंदर साहब ते फौज चढ़ा के असीं रब दे घर ते फौज चढ़ा के यह पाप नहीं करना। वह बेचारा चलिया गया, लंबे हो गया, फिर आ गए जनरल वैद्या होनी, रणजीत सिंह दयाल सुंदर जी, के एस बराड़ लैफ्टीनेंट जनरल, इन्हां दी मीटिंग उन्हें सदी। ये 24 मई की गल है। इस मीटिंग दे विच इंदिरा गांधी ने स्पष्ट शब्दों में कहा कि मैं पंजाब के अंदर शांति लियानी चाहनी है, वह फौज भेज के तुसी मेरा साथ दिओ। फौजी अफसरों कट्ठिया करके देश की प्रधानमंत्री ने संत जरनैल सिंह के बहाने जिमें दरबार साहब से अटैक करने वास्ते आदेश दिते, इउं बेनती की जा रही। मान नाल आखे प्रधान मंत्री, मैं हां देश भारत दी शान मंत्री, ओ वक्खवादी मैं ना सिर ते चढ़ाउणे ने, अतवादी सारे देश चो मकाउणे ने। मान नाल आखे प्रधान मंत्री, मैं हां देश भारत दी शान मंत्री, ओ वक्खवादी सैना सिर ते चढ़ाउणे ने, अतवादी सारे देश चो मकाउणे ने। उम्मीद साडी कीती है हराम जिन्ना ने, सुबह नूं बनाया होया शाम जिन्ना ने, ओ याद रखण चने लोहे दे चबाउणे ने, अतवादी सारे देश चो मकाउणे ने। पता लगा सारी पिंडरां दी कार है, सोचां विच पादी हिंद सरकार है, ढिले हथी कम नाए सूत आने ने, अतवादी सारे देश चो मकाउणे ने। पापां तो डरे ना कृपाना कसे जो, पापां तो डरे ना कृपाना कसे जो, सब नालों उच्चा खालसे नूं दसे ओ, जोर नाल हाथ जापदे वखाउणे ने, हो जोर नाल हाथ जापदे वखाउणे ने, अतवादी सारे देश चो मकाउणे ने। सौ पिछे डेढ़ हो गए आप दसदा, डरे ना किसे तो फिरे तीर कसदा, बोल ना सकन ऐसे राहे पाउणे ने, अतवादी सारे देश चो मकाउणे ने। मारी कहिंदा की किसे दा लैंदे ने,
ਆਦੀ ਸਾਰੇ ਦੇਸ਼ ਚੋਂ ਮਕਾਉਣੇ ਨੇ ਆਪਣਾ ਧਰਮ ਸਭ ਨੂੰ ਪਿਆਰਾ ਹੈ ਕੰਮ ਆਉਂਦਾ ਆਪੋ ਆਪਣਾ ਸਤਾਰਾ ਹੈ ਹਿੰਦੂਆਂ ਨੂੰ ਸਿੱਖ ਮਾਰਨੋਂ ਹਟਾਉਣੇ ਨੇ ਆਤਵਾਦੀ ਸਾਰੇ ਦੇਸ਼ ਚੋਂ ਮਕਾਉਣੇ ਨੇ ਕਿਸੇ ਨੂੰ ਕੀ ਪੀੜ ਕਿਸੇ ਦੇ ਖਿਆਲਾਂ ਦੀ ਕਿਸੇ ਨੂੰ ਕੀ ਪੀੜ ਕਿਸੇ ਦੇ ਖਿਆਲਾਂ ਦੀ ਰਾਂਝਿਆਂ ਨੂੰ ਮਿਲੇ ਹੀਰ ਕਿਉਂ ਸਿਆਲਾਂ ਦੀ ਉਹ ਮੁਫਤੀ ਪਰੌਂਠੇ ਨਾ ਕਿਸੇ ਛਕਾਉਣੇ ਨੇ ਆਤਵਾਦੀ ਸਾਰੇ ਦੇਸ਼ ਚੋਂ ਮਕਾਉਣੇ ਨੇ ਵੇਲਿਆਂ ਨੇ ਵੇਲੇ ਸਾਧ ਨੂੰ ਵਿਗਾੜਿਆ ਨਿੱਕੇ ਨਿੱਕੇ ਲੀਡਰਾਂ ਨੇ ਭੂਵੇ ਚਾੜਿਆ ਉਹ ਲੁੱਟ ਖਾਣਿਆਂ ਦੇ ਸਾਨਾ ਘਟਾਉਣੇ ਨੇ ਆਤਵਾਦੀ ਸਾਰੇ ਦੇਸ਼ ਚੋਂ ਮਕਾਉਣੇ ਨੇ ਰਾਸ਼ਟਰਵਾਦੀ ਤੋਂ ਲੁੱਖ ਵਾ ਕੇ ਲੈ ਜਾਵੋ ਮੰਦਿਰ ਦਾ ਮਲਕੇ ਚ ਫੇਰਾ ਬਹਿ ਜਾਵੋ ਉਹ ਬਦੀਆਂ ਦੇ ਬਾਗ ਜੜਾਂ ਤੋਂ ਪਟਾਉਣੇ ਨੇ ਸਾਰੇ ਦੇਸ਼ ਚੋਂ ਮਕਾਉਣੇ ਨੇ ਆਖ ਦਿੱਤਾ ਫੌਜਾਂ ਨੂੰ ਤਿਆਰ ਰਹਿਣ ਨੂੰ ਲਾਲਿਆਂ ਦਾ ਬਦਲਾ ਸਿੱਖਾਂ ਤੋਂ ਲੈਣ ਨੂੰ ਉਹ ਜੋਗੀ ਸਿੰਘਾਂ ਹੱਕ ਲੈਣ ਤੋਂ ਹਟਾਉਣੇ ਨੇ ਆਤਵਾਦੀ ਸਾਰੇ ਦੇਸ਼ ਚੋਂ ਮਕਾਉਣੇ ਨੇ ਸੋ ਖਾਲਸਾ ਜੀ ਇਸ ਤਰ੍ਹਾਂ ਬਹਾਨੇ ਨਾਲ ਪੰਜਾਬ ਵਿੱਚ ਫੌਜ ਭੇਜ ਦਿੱਤੀ ਗਈ ਕਰਫਿਊ ਲਾ ਦਿੱਤਾ ਗਿਆ ਇੰਨਾ ਸਖਤ ਕਰਫਿਊ ਕਦੇ ਕਿਸੇ ਨੇ ਨਹੀਂ ਵੇਖਿਆ ਵੀ ਸਾਈਕਲ ਵਾਲਾ ਵੀ ਸੜਕ 'ਤੇ ਨਹੀਂ ਸੀ ਚੜ੍ਹ ਸਕਦਾ ਜੱਟ ਗੱਡਾ ਲੈ ਕੇ ਨਹੀਂ ਸੀ ਚੜ੍ਹ ਸਕਦਾ ਆਪਾਂ ਸਾਰਾ ਕੁਝ ਵੇਖਿਆ ਸਭ ਮੋਟਰਾਂ ਕਾਰਾਂ ਬੰਦ ਕਰਤੀਆਂ ਅਤੇ ਪੰਜਾਬ ਵਿੱਚ ਰਾਤੋ ਰਾਤ ਫੌਜ ਇੰਨੀ ਸੁੱਟ ਦਿੱਤੀ ਉੱਨੀ ਪੰਜਾਬ ਦੀ ਸ਼ਾਇਦ ਆਬਾਦੀ ਵੀ ਨਾ ਹੋਵੇ ਔਰ 1 ਜੂਨ ਨੂੰ ਫਾਇਰਿੰਗ ਹੋਈ ਇਹ ਟੋਣ ਵਾਸਤੇ ਵੀ ਅੰਦਰੋਂ ਮੋਰਚੇ ਵੇਖੀਏ ਕਿੱਥੇ ਕਿੱਥੇ ਹੈ ਸ਼ਬੇਗ ਸਿੰਘ ਨੇ ਅੰਦਰੋਂ ਫਾਇਰਿੰਗ ਹੀ ਨਾ ਕੀਤੀ ਤਾਂ ਕਿ ਦੁਸ਼ਮਣ ਨੂੰ ਭੇਜ ਹੀ ਨਾ ਲੱਗੇ ਵੀ ਸਾਡਾ ਪ੍ਰੋਗਰਾਮ ਸਾਡੇ ਮੋਰਚਾਬੰਦੀ ਕਿੱਥੇ ਕਿੱਥੇ ਜਿਹੜੇ ਸਿੰਘ ਸ਼ਹੀਦ ਹੋਏ ਮਹਿੰਗਾ ਸਿੰਘ ਹੋਣੀ ਉਹਨਾਂ ਦਾ 2 ਜੂਨ ਨੂੰ ਸੰਸਕਾਰ ਕਰ ਦਿੱਤਾ ਗਿਆ ਔਰ ਕੁਤਵਾਲੀ ਜਿਹੜਾ ਥਾਣਾ ਹੈ ਇੱਥੇ ਫੌਜ ਦਾ ਹੈੱਡਕੁਆਟਰ ਬਣਾ ਦਿੱਤਾ ਗਿਆ ਜਿਹਨੇ ਹਰ ਪਲ ਪਲ ਦੀ ਰਿਪੋਰਟ ਦਿੱਲੀ ਭੇਜਣੀ ਸੀ ਔਰ ਦਿੱਲੀ ਅਤੇ ਅੰਮ੍ਰਿਤਸਰ ਦੀਆਂ ਤਾਰਾਂ ਵਾਇਰਲੈਸ ਸਿਸਟਮ ਰਾਹੀਂ ਟੈਲੀਫੋਨ ਸਿਸਟਮ ਰਾਹੀਂ ਸਿੱਧੀਆਂ ਕਰ ਦਿੱਤੀਆਂ ਗਈਆਂ ਬਾਕੀ ਅਖਬਾਰਾਂ 'ਤੇ ਪਾਬੰਦੀ ਲਾ ਦਿੱਤੀ ਸੈਂਸਰ ਲਾ ਦਿੱਤੀ ਵੀ ਪੰਜਾਬ ਦੀ ਕੋਈ ਖਬਰ ਸੱਚੀ ਜਿਹੜੀ ਉਹ ਤੁਸੀਂ ਨਹੀਂ ਲਿਖਣੀ ਤਾਂ ਕਿ ਬਾਹਰ ਵੱਸਦੇ ਸਿੱਖਾਂ ਨੂੰ ਪਤਾ ਨਾ ਲੱਗੇ ਅਤੇ ਕਿਤੇ ਸਿੱਖ ਰੋਹ ਵਿੱਚ ਆ ਕੇ ਹਰ ਥਾਂ ਬਗਾਵਤ ਨਾ ਕਰ ਦੇਣ ਇੱਕ ਤਰ੍ਹਾਂ ਪੰਜਾਬ ਘੁੱਟਿਆ ਗਿਆ 2 ਜੂਨ ਦੀ ਰਾਤ ਨੂੰ ਇੰਦਰਾ ਗਾਂਧੀ ਇੱਕ ਬੰਦੇ ਸੰਦੇਸ਼ ਦੇ ਰਹੀ ਸੀ ਵੀ ਅਸੀਂ ਪੰਜਾਬ ਦਾ ਮਸਲਾ ਹੱਲ ਕਰਨਾ ਚਾਹੁੰਦੇ ਹਾਂ ਅਸੀਂ ਖੂਨ ਨਹੀਂ ਡੋਲਣਾ ਚਾਹੁੰਦੇ ਪੰਜਾਬ ਨਾਲ ਸਾਡੀਆਂ ਸਾਂਝਾਂ ਨੇ ਸਿੱਖ ਕੌਮ ਬੜੀ ਬਹਾਦਰ ਹੈ ਅਸੀਂ ਪੰਜਾਬੀਆਂ ਦਾ ਮਾਣ ਕਰਦੇ ਹਾਂ ਅਤੇ ਉੱਧਰ ਦੂਜੇ ਬੰਨੇ ਆਰਡਰ ਦੇ ਕੇ ਫੌਜ ਕੋਲੋਂ ਘੇਰਾ ਵੀ ਪਾਇਆ ਹੋਇਆ ਸੀ 3 ਜੂਨ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਨ ਸੀ ਬਹੁਤ ਸਾਰੀ ਸਿੱਖ ਸੰਗਤ ਸ਼ਹੀਦੀ ਦਿਨ 'ਤੇ ਦਰਬਾਰ ਸਾਹਿਬ ਉਹ ਵੀ ਵਿੱਚੇ ਹੀ ਘਿਰ ਗਈ ਆਓ ਤੱਕੀਏ ਪੂਰੇ ਪੰਜਾਬ ਨੂੰ ਕਰਫਿਊ ਦੀ ਜ਼ੰਜੀਰ ਵਿੱਚ ਜਕੜ ਕੇ ਆਜ਼ਾਦੀ ਦਾ ਗਲ ਘੁੱਟ ਕੇ ਸਿੱਖ ਕੌਮ ਨਾਲ ਜਿਵੇਂ ਵੱਡਾ ਧਰੋਹ ਦਿੱਲੀ ਸਰਕਾਰ ਨੇ ਕੀਤਾ ਉਹ ਬਿੰਦ ਕੀਤੀ ਜਾ ਰਹੀ ਇੰਦਰਾ ਆਰਡਰ ਕਰ ਦਿੱਤੇ ਅਟੈਕ ਕਰਨ ਦੇ ਕਰੇ ਇਰਾਦੇ ਫੌਜੀਆਂ ਜਰਨੈਲ ਫੜਨ ਦੇ 3 ਜੂਨ ਦਾ ਚਮਕਿਆ ਜਦ ਸੋਨ ਸਵੇਰਾ ਹਰਿਮੰਦਰ ਨੂੰ ਪਾ ਲਿਆ ਫੌਜਾਂ ਨੇ ਘੇਰਾ ਇੰਦਰਾ ਆਰਡਰ ਕਰ ਦਿੱਤੇ ਅਟੈਕ ਕਰਨ ਦੇ ਕਰੇ ਇਰਾਦੇ ਫੌਜੀਆਂ ਜਰਨੈਲ ਫੜਨ ਦੇ 3 ਜੂਨ ਦਾ ਚਮਕਿਆ ਜਦ ਸੋਨ ਸਵੇਰਾ ਹਰਿਮੰਦਰ ਨੂੰ ਪਾ ਲਿਆ ਫੌਜਾਂ ਨੇ ਘੇਰਾ ਰਾਤੋ ਰਾਤ ਬਟਾਲੀਅਨਾਂ ਅੰਮ੍ਰਿਤਸਰ ਆਈਆਂ ਮੱਲੇ ਸਭ ਬਾਜ਼ਾਰ ਸੀ ਜਿਵੇਂ ਛਾਉਣੀਆਂ ਪਾਈਆਂ ਨਾ ਸੁਜਾਣ ਨਾ ਖਾਲਸੇ ਕੀਤਾ ਕਵਰ ਚਫੇਰਾ ਹਰਿਮੰਦਰ ਨੂੰ ਪਾ ਲਿਆ ਫੌਜਾਂ ਨੇ ਘੇਰਾ ਟਾਰਗੇਟ ਸੀ ਜਿੰਨਾ ਦਾ ਸਿੰਘ ਸ਼ੇਰ ਮਕਾਉਣੇ
मुड़ के जुल्द ना करनगे अज सबक सिखाउणे सेंटर ना टकराउण दा कहिंदे कीता देरा हरि मंदर नू पालिया फौजा ने घेरा फौजी कई गुजराती है मर हते असामो बेखबरे ओ टैल दे जिंदगी दी शामो ਘੁੰਮਦਾ ਹਰ ਗੱਲ ਦੁਹਰਾਵੇ ਦੇਣ ਦਲੇਰੀ ਫੌਜ ਨੂੰ ਲੋ ਰੰਕ ਉਚੇਰਾ ਹਰਿ ਮੰਦਰ ਨੂੰ ਪਾਲਿਆ ਫੌਜਾਂ ਨੇ ਘੇਰਾ ਗੱਡੀਆਂ ਲੱਦ ਸ਼ਰਾਬ ਸੀ ਅੰਮ੍ਰਿਤਸਰ ਲਿਆਂਦੀ ਪੀ ਕੇ ਫਿਰਦੇ ਝੂਮਦੇ ਨਰਕਾਂ ਦੇ ਪਾਂਦੀ ਬੋਲਣ ਉਲਝ ਲੂਲ ਤੋਲਦੇ ਕੁਫਰ ਬਥੇਰਾ ਹਰਿ ਮੰਦਰ ਨੂੰ ਪਾਲਿਆ ਫੌਜਾਂ ਦੇ ਤੋਪਾਂ ਭਰੇ ਪਿਆਲੇ ਸਬਰ ਦੇ ਤੇ ਵਧੀਆਂ ਸੋਚਾਂ ਅੰਮ੍ਰਿਤ ਵੇਲੇ ਦਰਸ਼ਨ ਸਿੱਖ ਆਵੇ ਜਿਹੜਾ ਹਰਿ ਮੰਦਰ ਨੂੰ ਪਾਲਿਆ ਫੌਜਾਂ ਨੇ ਘੇਰਾ ਬੱਦਲ ਛਾਏ ਮੌਤ ਦੇ ਵੈਰੀ ਪੁਰਸ਼ਾਵਾਂ ਘਿਰ ਗਏ ਵਿੱਚ ਦਰਬਾਰ ਦੇ ਬੱਚੇ ਤੇ ਮਾਵਾਂ ਨਿਰਦੋਸ਼ ਜਿੰਦਾ ਨੇ ਸੈਮੀਆਂ ਤੱਕ ਸਮਾਇ ਪੁਰੀਆ ਆਖਦਾ ਸਭ ਸ਼ੇਰ ਨਾਮੀ ਸਿੰਘ ਸੂਰ ਮੈਂ ਆਖਦੇ ਸੀ ਪਾਣਾ ਤੇਰਾ ਸਿੰਘ ਸੂਰ ਮੈਂ ਆਖਦੇ ਜੀ ਪਾਣਾ ਤੇਰਾ ਹਰਿ ਮੰਦਰ ਨੂੰ ਪਾਲਿਆ ਫੌਜਾਂ ਨੇ ਘੇਰਾ ਇਹ ਘੇਰਾ ਕੋਈ ਪਹਿਲੀ ਵਾਰੀ ਨਹੀਂ ਪਿਆ ਹਰਿਮੰਦਰ ਸਾਹਿਬ ਨੂੰ ਘੇਰੇ ਪੈਂਦੇ ਹੀ ਰਹੇ ਨੇ ਕਦੇ ਮੁਗਲ ਪਾਉਂਦੇ ਰਹੇ ਕਦੇ ਅੰਗਰੇਜ਼ ਪਾਉਂਦੇ ਰਹੇ ਕਦੇ ਸੈਂਟਰ ਵਾਲੇ ਪਾਉਂਦੇ ਰਹੇ ਪਰ ਸਾਡਾ ਇਤਿਹਾਸ ਕਹਿੰਦਾ ਹੈ ਕਦੇ ਬਾਬਾ ਗੁਰਬਖਸ਼ ਸਿੰਘ ਜੀ ਹਰਿਮੰਦਰ ਦੀ ਰਾਖੀ ਲਈ ਸ਼ਹੀਦ ਹੁੰਦੇ ਰਹੇ ਕਦੇ ਬਾਬਾ ਦੀਪ ਸਿੰਘ ਜੀ ਹਰਿਮੰਦਰ ਦੀ ਰਾਖੀ ਲਈ ਸਿਰ ਵਾਰਦੇ ਰਹੇ ਅਤੇ ਕਦੇ ਸੰਤ ਜਰਨੈਲ ਸਿੰਘ ਜੀ ਅਤੇ ਭਾਈ ਅਮਰੀਕ ਸਿੰਘ ਜੀ ਵਰਗੇ ਆਪਣੀਆਂ ਜਾਨਾਂ ਵਾਰਦੇ ਰਹੇ ਜਨਰਲ ਕੇ ਐੱਸ ਬਰਾੜ ਲਿਖਦਾ ਹੈ ਕਹਿੰਦਾ ਸਾਡੇ ਵਾਸਤੇ ਇਹ ਜੰਗ ਪਹਿਲਾਂ ਬੜੀ ਮਾਮੂਲੀ ਸੀ ਕਿਉਂਕਿ ਸਾਡੇ ਕੋਲ ਇੰਨੀਆਂ ਰੈਜੀਮੈਂਟਾਂ ਮੰਨੀਆਂ ਹੋਈਆਂ ਬਹਾਦਰ ਸੀ ਅਸੀਂ ਇੰਦਰਾ ਗਾਂਧੀ ਨੂੰ ਆਖਿਆ ਸੀ ਵੀ 2-3 ਘੰਟੇ ਤੋਂ ਵੱਧ ਸਮਾਂ ਨਹੀਂ ਲੱਗੇਗਾ ਦਰਬਾਰ ਸਾਹਿਬ ਵਿੱਚੋਂ ਅੱਤਵਾਦੀਆਂ ਦਾ ਸਫਾਇਆ ਕਰਨ ਵਾਸਤੇ ਪਰ ਕਹਿੰਦਾ ਸਾਨੂੰ ਬੜੀ ਨਮੋਸ਼ੀ ਹੋਈ ਜਦੋਂ ਇੰਦਰਾ ਗਾਂਧੀ ਵਾਰ ਵਾਰ ਪੁੱਛਦੀ ਸੀ ਵੀ ਇੰਨੇ ਦਿਨ ਕਿੱਥੇ ਲਾਤੇ ਤੁਸੀਂ ਏਡੀ ਵੱਡੀ ਲੜਾਈ ਕਹਿੰਦਾ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਕਹਿੰਦਾ ਇੰਨੀ ਵੱਡੀ ਬਹਾਦਰੀ ਨਾਲ ਸਿੱਖ ਮੁਕਾਬਲਾ ਕਰਨਗੇ ਇਹ ਵੀ ਨਹੀਂ ਸੋਚਿਆ ਕਹਿੰਦਾ ਪ੍ਰਾਤਨ ਸਿੰਘਾਂ ਦਾ ਇਤਿਹਾਸ ਤਾਂ ਪੜ੍ਹਦੇ ਆਏ ਹਾਂ ਪਰ ਸਾਡੇ ਸਾਹਮਣੇ ਜੋ ਕੁਝ ਇੱਥੇ ਹਰਿਮੰਦਰ ਦੀ ਰਾਖੀ ਵਾਸਤੇ ਸਿੰਘਾਂ ਨੇ ਬਹਾਦਰੀ ਵਿਖਾਈ ਹੈ ਕਹਿੰਦਾ ਮੈਨੂੰ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਜੇ ਇੱਦਾਂ ਦੇ ਬਹਾਦਰ ਸਿੰਘਾਂ ਦੀਆਂ 2 ਕੁ ਬਟਾਲੀਆਂ ਨਾ ਮੇਰੇ ਕੋਲ ਹੋਣ ਅਤੇ ਆਂਦਾ ਗੁਆਂਢੀ ਦੇਸ਼ ਨੂੰ ਫਤਿਹ ਕਰਨ ਲੱਗਾ ਮੈਂ ਮਿੰਟ ਨਾ ਲਾਵਾਂ ਇੰਨੇ ਸਿੱਖ ਬਹਾਦਰੀ ਨਾਲ ਲੜਨਾ ਜਾਣਦੇ ਨੇ ਔਰ ਗਿਣਤੀ ਕਿੰਨੀ ਕੁ ਸੀ ਆਪਾਂ ਸਾਰਿਆਂ ਨੂੰ ਪਤਾ ਨਵਿਆਂ ਨੂੰ ਨਹੀਂ ਜਿਨ੍ਹਾਂ ਦਾ ਆਉਣ ਜਾਣ ਸੀ ਉਦੋਂ ਉਹਨਾਂ ਨੂੰ ਪਤਾ ਕੋਈ ਬਹੁਤੀ ਗਿਣਤੀ ਨਹੀਂ ਸੀ ਅਤੇ ਫੌਜ ਤਾਂ 6 ਲੱਖ ਦੇ ਕਰੀਬ ਹੈ ਜਿਹਦੇ ਵਿੱਚੋਂ ਬਹੁਤ ਸਾਰੀ ਪੰਜਾਬ ਦੇ ਵੱਖ ਵੱਖ ਇਲਾਕਿਆਂ 'ਚ ਬਹੁਤ ਸਾਰੀ ਜਿਹੜੀ ਉਹ ਦਰਬਾਰ ਸਾਹਿਬ ਦੇ ਦੁਆਲੇ ਲਾ ਦਿੱਤੀ ਗਈ ਔਰ ਇਤਿਹਾਸ ਵਿੱਚ ਇਸ ਤਰ੍ਹਾਂ ਦੇ ਘੇਰੇ ਬੜੇ ਪਏ ਨੇ ਚਮਕੌਰ ਦੀ ਕੱਚੀ ਹਵੇਲੀ 1704 10 ਲੱਖ ਦਾ ਘੇਰਾ ਅਤੇ ਅੰਦਰ 40 1897 ਵਿੱਚ ਸਾਰਾਗੜੀ ਦਾ ਸਾਕਾ ਔਰ ਹੌਲਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ ਜਿਹੜਾ ਆਪਾਂ ਲੜਿਆ 10,000 ਵੈਰੀ ਅਤੇ 21 ਸਿੱਖ ਸਿਪਾਹੀ ਮਰਦਾਂ ਵਾਂਗੂ ਲੜ ਕੇ ਸ਼ਹੀਦ ਹੋਏ ਇਹ ਬਾਹਰਲੇ ਦੇਸ਼ਾਂ ਦੀ ਵਡਿਆਈ ਹੈ ਫਰਾਂਸ ਦੇ ਸਿਲੇਬਸ ਵਿੱਚ
बच्चों सारा गेड़ा पढ़ाई जा रही है, यूरोप भी पढ़ाई जा रही है, अपने देश के विच तां की अपने सिख बच्चे नहीं पता होना सारा गेड़ की लड़ाई कित्थे लड़ी गई है। खैर ये हरिमंदर साहब गिनती पक्षों बहुत थोड़े सिंह पर घेरा पाने वाले लखां की गिनती वि और जनरल के एस बराल लिखता है साढ़े पसीने सुट गए तो 3 जून की शाम को जो करफ्यू च ढिल दी बहुत सारी सिख संगत निकली पर बहुते नहीं निकले, कुछ इस करके ना निकले भी कितने फौजी गोली ना मार देन, तो कुछ इस करके बैठे रहे अंदर भी जे इतने मर भी जावे गुरु दरबार में तो लेखे लगेंगे। गर्मी बड़ी सी, माइया पक्खियां भी कोल नहीं सी, अपने पल्लिया नाल ही झलदियां सी बच्चों, बच्चे रो रो के पानी मंगते, बुरा हाल, बाहरों फौज ने सह घुटिया होया सी, उधरों गोली का मीह वर रहा सी, ते गोली दे मीह वरदे चों रेफलां दा जिहड़ा धुआं उहदे नाल होर भी अंदर घुटण महसूस हो रही सी, पर इस सब कुछ के बावजूद खालसे फौज के सामने हिक डट के डटे हुए सन। और आपां नूं जिहड़ी जानकारी मिलदी उहदे विच जिहड़ा टिंकी वाला मोर्चा सी सिंघां दा, ये सब तो मजबूत जिथे ढा के अजकल सराह बनाई हुई है, उहदे नाल उच्चा मोर्चा बाबे टल वाला और बुंगियां वाला मोर्चा, एक मोर्चा सी दर लंगर हाल से दरबार कार सभा वाले महापुरखों का, यह 5-4 मोर्चे ही फौज को सर नहीं सी होंदे। यही कारण है कि फिर उन्होंने टेंकी पानी वाली टेंकी वाला मोर्चा तोड़न वास्ते तोपां नाल पहला टेंकी सुट्टी, वो पानी जिहड़ा थले डिग्गा सिंघां दा मोर्चा टुटा, इत्थे ही बब्बर खालसा ने एक सिंह ने संत जरनैल सिंह जी नूं आख्या सी भी पुराने मतभेद खत्म करिए, साडी असले नाल मत करो, निक्कियां निक्कियां गल्लां जथेबंदियां च हो ही जांदियां, तो संत जरनैल सिंह ने आख्या सी कोई फिक्र ना करो, असीं सारे गुरु के लाल ते सारिआं ने हरिमंदर लई जाना वारनियां, ये असला मेरा कोई अपना नहीं, गुरु की संगत का जन्ना खाना लै जाओ, पर एक बार दुश्मनों नूं दस दिओ भी हरिमंदर साहब की परिक्रमा च पैर रखण दा मुल किन्ना महंगा तारना पैंदा है। और याद रखो खालसा जी बड़ी बहादुरी नाल खालसा पंथ लड़िया, आओ तकीए जे इन्हां दी सारी कार्रवाई वेखीए, एक्साइज विभाग का रिकॉर्ड वेखीए, लखां बोतलां बीयर दियां ते विस्की दियां इन्हां फौजियां वास्ते फ्री आईआं तां कि ये अन्ने बोले हो के सिखां दी नसल कुशी कर सकन, इहनूं आपां घल्लूघारा भी कहिंदे क्योंकि घल्लूघारे दी एक किस्म दा तबाही वाला कम सी, ना किसे बाबे नूं बख्शिया, ना किसे बच्चे नूं बख्शिया, ना किसे नूं पुछिया भी तेरा की संबंध है किहदे नाल, बस सामने आया बाहां बद्दियां ते गोली नाल अड़ा दित्ता, इत्थों तक बच्चे बुढ़े सब गोली का शिकार कर दिते गए। इक्को ही सिख्या सी फौजियां नूं भी ये सारा कंपलैक्स अतवादियों नाल भरिया, तो सिख सारे ही अतवादी है, जिहड़ा दिसे तुसीं गोली मार लगे घट ना करियो। इस तरह लहू पिजी कहानी अमृतसर की धरती उत्ते वरत गई। और याद रखो जो फिर भी सिंघां ने हौसला नहीं हारिया तो बराड़ कहिंदा साडा साह सुक्का होया सी भी हुण की करिए, कहिंदे असीं एक तरीका वरत्या भी संत जरनैल सिंह जी नूं वंगार के ते किसे ढंग नाल मना के बाहर लाई, कहिंदे असीं स्पीकर ते अनाउंसमेंट कीती भी जिन्ने भी सिंह हथियार सुट के बाहर आ जाओ क्योंकि चार सफेरे फौज का घेरा है, तोपां बीड़ियां ने, ते फौज के सामने तुसां मुकाबला की करना है। संत जरनैल सिंह जी नूं बड़े वड्डे लालच दित्ते गए खालसा जी, उन्हें अपनी किताब सब कुछ लिखिया पढ़ लियो, वह कहिंदा करोड़ां अरबां रुपईआं दे लालच पंजाब की मुख्यमंत्री की कुर्सी, कनेडा की पक्की पीयर ते कनेडा विच फार्मां दे लालच, जो तू लैना वह लै लै, ते रब दा वास्ता साडी भी बनी रहे, तेरा भी टौर बन जाए, ते हथियार सुट के ते अपना सिर फौज के चरणों ते रख दे। संत जरनैल सिंह जी वह किसी होर सच्चे दे विच ढले हुए सन गुरबाणी पढ़ने वाले, और जदों उन्हां दा जीवन पढ़ीदा मन हैरान हो जाता भी इन्ने पाठ एक दिन विच किदां हो सकदे, इहदा मतलब हर वेले गुरबाणी नालों जुड़े रहिंदे सन, सिमरन नाल जुड़े रहिंदे सन, एवें नहीं शहादतां दित्तियां, एवें नहीं कुरबानी हुंदी, फिर शहीद फौजां भी जिहड़ियां वह आके मत कर दियां जदों किसी के दिल में जज्बा होवे कौम की खातर मरन का। संत जरनैल सिंह ने आख्या वो बराड़ा हुण गल लंघ गई है अपीलां दलीलों तो, तेरी फौज पूरी तैयारी नाल सिखां दे लहू विच खून की होली खेड रही है, तो खालसे भी तैयार ने हरिमंदर साहब की राखी वास्ते, हुण तेरियां दलीलां किसे कम नहीं, हुण ते मर्दां वांगू अगे वध ते तैनू तेरी गोलाबारी का जवाब दे। याद रखो दोवें ही मोगे दे इलाके ते दोवें ही बराड़ और दोवां दा इलाका भी एक गोत भी एक, पर फर्क केवल इन्ना एक दरबार साहब ते हमला करके गदारां विच अपना नाम लिखा गया, दूजा दरबार साहब की राखी लई सिर वार के सदा लई शहीदी का खिताब लै गया,
एक ज्यौद और मरण तो बाद भी उन्होंने फटकारा पैदा रहनगियाँ बराड़ दूजे बन्ने संत जरनैल सिंह जी दार चल दया रह उन्हें अपनी गदारी लकई भी नहीं। वो कहता साढ़े बाबे ने करतार सिंह सराभे को फड़ाया कहता मेरे प्यो ने भगत सिंह होरां नाल गदारी की यानी वह माण करता भी साडा टब्बर ही गदारा है। खैर इन्ना समा नहीं संत जरनैल सिंह जी ने सुन के तकरीर जनरल के एस बराड़ की आख्या मित्रा कदे पतंगा छमां नूं वेख के भजदा नहीं ते ना कदे शेर तेरे वर्गे गिदड़ भपकियां तो डरदे ने। जिहड़ा जवाब संत जरनैल सिंह ने मौत की हिक ते खलो के जनरल के एस बराड़ नूं वरदियां गोलियां विच दित्ता भागो वालियां दा जत्था इउं कह रहा है। जद फौजी जरनैल ने अपना करड़ा हुक्म सुनाया मारी बड़क जवाबी संता रोह विच इंज फरमाया कितना दे चुंड कोलों डर के शेर करे नहीं लुकदे सिंघां दे सिर दुश्मन मूरे नहीं बराड़ा चुकदे। जद फौजी जरनैल ने अपना करड़ा हुक्म सुनाया मारी बड़क जवाबी संता रोह विच इंज फरमाया कितना दे चुंड कोलों डर के शेर कदे नहीं लुकदे सिंघां दे सिर दुश्मन मूरे नहीं बराड़ा चुकदे। लगता है चमकौर गड़ी दा तू इतिहास नहीं पढ़िया दसवें गुर दा एक एक सूरा वे जा लखां नाल लड़िया खमला के उड़ जान परिंदे जरा बगेले बुकदे सिंघां दे सिर दुश्मन मूरे नहीं बराड़ा चुकदे। शौक शहादत मिथिया जिन्ना बन शहीदी गाने जगदे में दया मच जावणगे शमा उत्ते परवाने रण पत्ते कतार तरनगे नहीं नशान्यों युकदे सिंघां दे सिर दुश्मन मूरे नहीं बराड़ा चुकदे। यार प्याले पी के सिदकी हस हस वेखे मरदे पढ़ वेखी मनसूर दी गाथा नहीं सूली तो डरदे अनखी लाड़े प्यार दी खातरी दुश्मन मूरे नहीं बराड़ा चुकदे। पिंजरे दे विच पै के कानू कष्ट गुलामी जरिए करना कूच जहानों सब ने फिर क्यों मौतों डरिए सिखी सदक दे बिखड़े पैने बिने मतों नहीं मुकदे सिंघां दे सिर दुश्मन मूरे नहीं बराड़ा चुकदे। मचदी अग दे कोल खलो के करदा फिरे अपीला सिर तो पानी लंघ जावे जद सुनदा कौन दलीला सिर लत्था दे तुरे काफले हुण तैथों नहीं रोकदे सिंघां दे सिर दुश्मन मूरे नहीं बराड़ा चुकदे। धन दौलत ते कुर्सी दे नाले जाए नयनख खरीदी बड़िया पादा दे नाल मिलदा वे रुतबा जा मशहीदी रमजार दी समझी जिन्ना नहीं लालच ते थक दे सिंघां दे सिर दुश्मन मूरे नहीं बराड़ा चुक दे। बाती शांत नहीं होनी मचदी अगन जवाला पत्तियां दी कड़काट तो डर के कंबदा कदों हिमाला लखिया जावण गर्मी रुत्ता नहीं समुंदर सुकदे सिंघां दे सिर दुश्मन मूरे नहीं बराड़ा चुकदे। तू सेंटड़ दे आखे लग के खौफ खुदा दा भुलिया लिख जांदा कौमां दी किस्मत ओए खून शहीदी टुलिया सर दी पेटा धर के जोदे ते कसम जाती चुक दे हाँ
पूरे नहीं बराड़ा चुकदे साडे दी गैरती उछले जो सागर दियां छल्लां बाकी रहिंदियां विच मदाने ओए फेर करांगे गल्लां असल विच सरकार सिखां नूं दबाउणा चाहुंदी सी नहीं तो फौज भेजण दा कोई मतलब नहीं सी कई होर तरीके भी हो सकते हैं पर एक ऐसा जख्म है जिहड़ा कदे भी भुलेगा नहीं कई जख्म शरीर ते हुंदे है समय नाल मिट जांदे उन्हां दे दाग भी मिट जांदे जिहड़ा जख्म दिल उत्ते लगे जिवें जिवें उम्र लंघदी है पीड़ तिवें तिवें याद दे रूप विच रड़कदी है ठीक इस तरह 1984 का दरबार साहब का साका इस सिख कौम के सीने ते लगा एक ऐसा जख्म है जिदी दर्द सदियां तीक नहीं युगां तक कौम महसूस करती रहे संत जरनैल सिंह जी ने आखिरी मुलाकात विच पत्रकार नूं यह गल कही सी कि असी अपनी जान गुरु नूं अमानत कर दिती है जे गुरु के प्यार की खातर शहीदी मिल जाए तो होर लैना की यह सब तो उच्चा रुतबा है तो भागा वालियां नूं मिलदा है पर तुसी वेखोगे कुछ लोग जिहड़े वड्डे वड्डे दावे करदे सी स्टेजां ते खलो के सिख कौम दे हक्कां दी गल करदे सी जदों गोलियां दा मींह वरेगा वह लोग कमदली और बुजदली विखा के इतिहास नूं कमजोर करदे दिसणगे सचमुच इस तरह होया जिथे संत जरनैल सिंह जी ते उन्हां दे जंबान सूरमे अकाल तख्त साहिब जी की शान लई लड़के मर्दां वांग शहीद होए उत्थे कुछ बंदे जानां बचाउण वास्ते कई तरह के डंग ढंग बना के भी निकलते वेखे गए बहुत ही सत्कारयोग बीबी बलबीर कौर जी हाँ भाई बलबीर सिंह जी भट्ठल उन्होंने नाल भी माफ करना बीबिया का जथा वो पहुँच गया असी अपने समय में आप जी के नाल समाप्ति करनी है ज्ञानी देसा सिंह जी दलेर दे साथी उन्होंने वालों बेंत मैं अरदास है महाराज कृपा करन चढ़दी कला बख्शन और सब तो दुखदाई पक्ष यह होया इस साके 18 दिन का बच्चा उहदी भी शहादत होई संतां दे पीए साहब दा बच्चा सी उहदी सिंघणी हुण गाए वगाए कौमी सरगर्मियां विच हिस्सा लैंदी रहिंदी है भाई साहब भाई रशपाल सिंह जी और मर्दां वांगू लड़के संत जी शहीद होए बड़ा लहू डुलिया अकाल तख्त आखर टह गया नाल ही शहीदियां जरनैलां दीआं हो गईआं बराड़ एक गल्लों बड़ा झूठ लिखदा है कि असीं अपने बंदिआं नूं आख्या सी वी हरिमंदर साहिब वल गोली नहीं चलाउणी पर मुड़ के जदों लोकां जाके वेख्या तो 360 गोलियां दे निशान उत्थे लगे हुए सन जानी हरिमंदर साहिब की आत्मा भी यह हिंद सरकार के फौजियों की गोलियां तो बच नहीं सकी एक कविता कह के संत जरनैल सिंह दी फिर एक कविता छोटी जी बेटी कह गई ठीक समय में असी आप तो समाप्ति करांगे आओ एक कविता साड़ी जिहड़ी नवीं कैश्ट आई है सर्वसांझी गुरबाणी वालों उहदे विच असी वख वख कवियां दीआं कवितावां लिखियां ने कोई प्रसंग नहीं भरिया ਵਧਾਤਾ ਸਿੰਘ ਤੀਰ ਨੂੰ ਲਿਆ ਬਾਬੂ ਰਜਬਲੀ ਨੂੰ ਲਿਆ ਔਰ ਪੁਰਾਣੇ ਜਿੰਨੇ ਕਵੀ ਹੈ ਗੁਰਦੇਵ ਸਿੰਘ ਮਾਨ ਉਹਨੂੰ ਲਿਆ ਜਰਨੈਲ ਸਿੰਘ ਸਭਰਾ ਦੀ ਇੱਕ ਕਵਿਤਾ ਹੈ ਉਹਦੇ ਵਿੱਚ ਇਹ ਕਵਿਤਾ ਵੀ ਹੈ ਸੰਤ ਜਰਨੈਲ ਸਿੰਘ ਦੀ ਇਹ ਬੰਬੇ ਵਾਲੀਆਂ ਸਿੱਖ ਸੰਗਤਾਂ ਦੀ ਸੁਫਾਰੇ ਸੀ ਔਰ ਜਿੰਨੇ ਬਹਾਦਰੀ ਕਰਦਿਆਂ ਹੋਇਆ ਆਪਣਾ ਸਿਰ ਅਕਾਲ ਤਖਤ ਸਾਹਿਬ ਜੀ ਦੀ ਅਜ਼ਮਤ ਤੋਂ ਵਾਰ ਕੇ ਇਸ ਦੇਸ਼ ਦੀ ਫੌਜ ਦਾ ਟਾਕਰਾ ਕੀਤਾ ਔਰ ਸ਼ਹੀਦਾਂ ਦੀ ਦੁਨੀਆ ਵਿੱਚ ਆਪਣਾ ਨਾਂ ਅੰਕਿਤ ਕਰਵਾਇਆ ਪਿੰਡਰਾਂ ਵਾਲਿਆਂ ਸੰਤਾਂ ਦੀ ਜਗ ਅਮਰ ਕਹਾਣੀ ਹੈ ਬੜੇ ਪ੍ਰੇਮ ਨਾਲ ਸੁਣੋ ਫਿਰ ਇੱਕ ਛੋਟੀ ਜਿਹੀ ਬੱਚੀ ਇੱਕ ਕਵਿਤਾ ਕਹਿ ਕੇ ਆਪ ਜੀ ਵਿੱਚ ਆਪਣੇ ਪ੍ਰੋਗਰਾਮ ਵਿੱਚ ਅਸੀਂ ਸਮਾਪਤੀ ਕਰਾਂਗੇ ਇਉਂ ਬੇਨਤੀ ਕੀਤੀ ਜਾ ਰਹੀ ਸੁਣੋ ਸੁਣਾਵਾਂ ਸੰਗਤੇ ਜਿਸ ਦੀ ਕਥਾ ਨਿਰਾਲੀ ਏ ਦੇ ਕੇ ਅਣਖ ਹਲੂਣਾ ਜਿਸ ਨੇ ਕੌਮੀ ਉਠਾਲੀ ਏ ਦੇ ਕੇ ਅਣਖ ਹਲੂਣਾ ਜਿਸ ਨੇ ਕੌਮੀ ਉਠਾਲੀ ਏ ਤਵਾਰੀਖ ਪਈ ਜਿਸ ਜੋਦੇ ਦਾ ਭਰਦੀ ਪਾਣੀ ਏ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਏ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਏ ਸਦੀ ਕਥਾ ਨਿਰਾਲੀ ਏ ਦੇ ਕੇ ਅਣਖ ਹਲੂਣਾ ਜਿਸ ਨੇ ਕੌਮੀ ਉਠਾਲੀ ਏ ਦੇ ਕੇ ਅਣਖ ਹਲੂਣਾ ਜਿਸ ਨੇ ਕੌਮੀ ਉਠਾਲੀ ਏ ਤਵਾਰੀਖ ਪਈ ਜਿਸ ਜੋਦੇ ਦਾ ਪਰਦੀ ਪਾਣੀ ਏ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਏ
ਦੀ ਜਗ ਅਮਰ ਕਹਾਣੀ ਹੈ ਧਰਮ ਕਰਮ ਦਾ ਪੂਰਾ ਸਿਦਕੀ ਮਾਨੇ ਜਣਿਆ ਸੀ ਜਬਰ ਜ਼ੁਲਮ ਦੇ ਸਾਵੇਂ ਛਾਤੀ ਡਾਗੇ ਤਣਿਆ ਸੀ ਜਬਰ ਜ਼ੁਲਮ ਦੇ ਸਾਵੇਂ ਛਾਤੀ ਡਾਗੇ ਤਣਿਆ ਸੀ ਅੱਠੇ ਪੈਰ ਮੁਬਾਰਕ ਪੜਦਾ ਤੁਰ ਕੀ ਬਾਣੀ ਹੈ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਹੈ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਹੈ ਸਿੰਘਰ ਦੇ ਪਵਕਾਰਿਆਂ ਤੋਂ ਪੋਰਾ ਨਾ ਡਰਦਾ ਰਿਹਾ ਕੱਢੇ ਸੁਖਨ ਜਬਾਨੋ ਜੋਦਾ ਪੂਰੇ ਕਰਦਾ ਰਿਹਾ ਕੱਢੇ ਸੁਖਨ ਜਬਾਨੋ ਜੋਦਾ ਪੂਰੇ ਕਰਦਾ ਰਿਹਾ ਸਿੱਖ ਵਿਰੋਧੀ ਹਰਕ ਤੋਰ ਥਾ ਗਿਆ ਪਛਾਣੀ ਹੈ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਹੈ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਹੈ ਸਮਾਂ ਆਜ਼ਾਦੀ ਉੱਤੇ ਹੱਸ ਕੇ ਸੜਨਾ ਦੱਸ ਗਿਆ ਸਿੱਖ ਕੌਮ ਨੂੰ ਹੱਕਾਂ ਖਾਤਰ ਲੜਨਾ ਦੱਸ ਗਿਆ ਸਿੱਖ ਕੌਮ ਨੂੰ ਹੱਕਾਂ ਖਾਤਰ ਲੜਨਾ ਦੱਸ ਗਿਆ ਉਹ ਮਰਨਾ ਮੁਨਸਾ ਸੂਰਿਆ ਹੱਕੇ ਦਿਲ ਵਿੱਚ ਠਾਣੀ ਹੈ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਹੈ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਹੈ ਗਿਰਦੇ ਵਿੱਚ ਅਣਖੀ ਗੱਲਾਂ ਕਰੇ ਕਮਾਲ ਦੀਆਂ ਜਾਂਬਰਾਂ ਨੂੰ ਛੋਈਆਂ ਚੜਦਾ ਸੀ ਜਗਸਾਲ ਦੀਆਂ ਜਾਂਬਰਾਂ ਨੂੰ ਛੋਈਆਂ ਚੜਦਾ ਸੀ ਜਗਸਾਲ ਦੀਆਂ ਗਰਜ ਸ਼ੋਰ ਦੀ ਸੁਣ ਕੇ ਕੰਬਦੀ ਦੁਸ਼ਮਣ ਟਾਣੀਆਂ ਗਰਜ ਸ਼ੇਰ ਦੀ ਸੁਣ ਕੇ ਕੰਬਦੀ ਦੁਸ਼ਮਣ ਟਾਣੀਆਂ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਚੋਲੇ ਗਲ ਵਿੱਚ ਪਿਸ਼ਟਲ ਹੱਥ ਵਿੱਚ ਤੀਰ ਦਿਸੇ ਮਸਤ ਪਿਆਲੇ ਨੈਣਾ ਚੋਰਸ ਡੁੱਲਦਾ ਬੀਲ ਦਿਸੇ ਮਸਤ ਪਿਆਲੇ ਨੈਣਾ ਚੋਰਸ ਡੁੱਲਦਾ ਬੀਲ ਦਿਸੇ ਉਹ ਹੋਰ ਨਾ ਕਹਿੰਦਾ ਘੂਰ ਜ਼ੁਲਮ ਦੀ ਚੱਲੀ ਜਾਣੀ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਜੁਲਤ ਦੇ ਲਾ ਗਿਆ ਡੱਕਾ ਜਬਰ ਤਹਾਨਾ ਨੂੰ ਅੰਮ੍ਰਿਤ ਸ਼ਕਤੀ ਦੇ ਕੇ ਬਖਸ਼ੀ ਸੇਧ ਜਵਾਨਾਂ ਨੂੰ ਅੰਮ੍ਰਿਤ ਸ਼ਕਤੀ ਦੇ ਕੇ ਬਖਸ਼ੀ ਸੇਧ ਜਵਾਨਾਂ ਨੂੰ ਚਾਹੁੰਦਾ ਸੀ ਸੁਲਝਾਣੀ ਉਲਝੀ ਕੌਮ ਦੀ ਤਾਣੀ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਜਸ਼ੀਲੇ ਉਸਦੇ ਫੜ ਬੈਰੀ ਨੂੰ ਚੰਬਦੇ ਸੀ ਸ਼ੇਰਾਂ ਦੀ ਪਵਕਾਰ ਤੋਂ ਮੈਰੀ ਥਰ ਥਰ ਕੰਬਦੇ ਸੀ ਸ਼ੇਰਾਂ ਦੀ ਪਵਕਾਰ ਤੋਂ ਮੈਰੀ ਥਰ ਥਰ ਕੰਬਦੇ ਸੀ ਫੜ ਕੇ ਉਸਦੀ ਚਿੱਠੀ ਭੁੱਲ ਜਾਣਾ ਰੋਟੀ ਖਾਣੀਆਂ ਫੜ ਕੇ ਉਸਦੀ ਚਿੱਠੀ ਭੁੱਲ ਜਾਣਾ ਰੋਟੀ ਖਾਣੀਆਂ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਸਭ ਧਰਮਾਂ ਦੇ ਲੋਕੀ ਉਸਦਾ ਆਦਰ ਕਰਦੇ ਸੀ ਜ਼ੁਲਮੀ ਅਫਸਰ ਡਰਦੇ ਉੱਚੀ ਸਾਰਾ ਭਰਦੇ ਸੀ ਜ਼ੁਲਮੀ ਅਫਸਰ ਡਰਦੇ ਉੱਚੀ ਸਾਰਾ ਭਰਦੇ ਸੀ ਉਹ ਪਿਓ ਦੇ ਅਣਖ ਦੀ ਲਾ ਕੇ ਬਦਲੀ ਨਸਲ ਪੁਰਾਣੀ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਚੁਰਾਸੀ ਦੇ ਵਿੱਚ ਦੁਸ਼ਮਣ ਨੂੰ ਲਲਕਾਰ ਗਿਆ ਸਿੱਖ ਧਰਮ ਤੋਂ ਜੋਦਾ ਹੱਸ ਕੇ ਜ਼ਿੰਦਗੀ ਵਾਰ ਗਿਆ ਸਿੱਖ ਧਰਮ ਤੋਂ ਜੋਦਾ ਹੱਸ ਕੇ ਜ਼ਿੰਦਗੀ ਵਾਰ ਗਿਆ ਭਾਬਾ ਵਾਲੀਆ ਦੱਸ ਗਿਆ ਸਿੱਖੀ ਕਿਵੇਂ ਕਮਾਣੀ ਭਾਬਾ ਵਾਲੀਆ ਦੱਸ ਗਿਆ ਸਿੱਖੀ ਕਿਵੇਂ ਕਮਾਣੀ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ ਪਿੰਡਰਾ ਵਾਲਿਆ ਸੰਤਾਂ ਦੀ ਜਗ ਅਮਰ ਕਹਾਣੀ।
सिख जवानी दे नायक बन गए। अज भी उन्हां दी सरदारी कायम है। जिन्हां बच्चों ने उन्हां दे दर्शन नहीं किए वह भी उन्हां दी तस्वीरां लई फिरदे, उन्हां दी कवितावां सुणदे ने, क्योंकि सच्ची सुची करनी सी संत जरनैल सिंह जी दी। 6 जून नूं शहादत होई, 7 जून नूं अपार सिंह DSP दी मौजूदगी विच संस्कार होया, 27 जून नूं उन्हां दे फुल कीरतपुर खड़े गए। श्रोमणी कमेटी के रोजनामचे विच लिखिया गया जरनैल सिंह सुपुत्र सरदार जोगिंदर सिंह नगर रोडे, पर फिर भी पता नहीं क्यों उन्हां दी शहीदी 20 साल गुप्त रखी गई। इहदे बारे आने वाला भविख वक्त दे जिम्मेवार बंदियां ते सवाल करदा रहेगा। वह कौम दे महान शहीद, सदा उन्हां दी याद उन्हां दी सोच अज भी बरकरार है और सदा तक बरकरार रहेगी। आओ ये जिहड़ी बेटी मैं तुहाडे रूबरू करन जा रहा, मेरा समा समाप्त है, इहदा नाम है अनमोल प्रीत कौर और एक क्वीशरी करन दा शौक रखदे। इहदे मन दी रीझ है, असीं इहनूं कहा तूं हौली हौली स्टेजां ते अपनी गल कह, फिर कोई होर एक बच्ची लवांगे उहदे नाल इहदा जथा जिहड़ा बना देंगे, क्योंकि कोई भी बंदा माँ दे पेटों जमदा रुस्तम नहीं हुंदा, हौली हौली ही बंदा तरक्की दीआं पौड़ियां चढ़दा। इको एक दा वीर सी वह पूरा हो गया रब की मर्जी, हुणे मापिआं दी कल्ली धी भी है ते पुत्तां दी जगह भी इहो ही। और जिहड़ी कविता कहण जा रही है वह गुरु गोबिंद सिंह महाराज जी के इतिहास नाल संबंध रखती है। उस वक्त जदों चमकौर गढ़ी विच वड्डे साहिबजादे शहीद हो गए, सिंह शहीद हो गए, पंथ ने हुक्म लाता, गुरु जी तुर लगे, गढ़ी तो बाहर निकले, शहीद सिंघां दीआं लाशां पईआं ने, विच साहिबजादिआं दीआं लाशां भी पईआं ने, ते दया सिंह रुक जांदा, गुरदेव कारण पुछदे ने, उह कहिंदा महाराज एडा तुहाडा दिल एडा वड्डा जिगरा, ये विचारे किहड़ा कुछ मंगदे ने, जे तुहाडा हुक्म होवे ते मैं तुहाडे दोवां पुत्तरां दीआं लाशां ते कफन फा सकदा, क्योंकि इन्ना कि मेरे कोल कपड़ा हैगा, अद्धी दस्तार एक ते पा दिंदा अद्धी एक ते पा दिंदा। महाराज कहिंदे दया सिंघा की गल्लां करदा, जिहड़े शरीरां दी दुनिया चों निकल के मुक्ति दी मंजिल प्राप्त करके अमर शहीद हो गए ने, उन्हां नूं कफणां दे परदेयां दी लोड़ है, ते बाकी जे तूं दोवां इन्हां ते पावेंगा, जिहड़े बाकी दे 38-39 ने उन्हां ते कफण कौन पाएगा। उह मेरे वीर अगे वध, जिहड़ा पंथ ने हुक्म लाया उह मंजिल बड़ी दूर है। दया सिंह कहिंदा सतगुरु जी जवाब देंदे ने, बड़ी गजब दी रचना है, यह पंजाबी दे प्रसिद्ध शायर चरण सिंह सफरी दी लिखी हुई है, जिन्हें लिखिया सी समां किस तरह बदलिया सतगुरां ने, जाने समा जां समें दा तौर जाने, वह पिया टुटे जनेऊ दा मुल किन्ना, इस सरहंद जाने जां चमकौर जाने, उहदी लिखी हुई रचना है। यह छोटी जी बेटी कह रही है, प्यार नाल सरवण करो, इउं बेनती कीती जा रही है। चमके सीगी मार दी होई रुशनाई जा सुनहरी जई तार दी दया के मासूम दी हो जिंदगी दे दातिया सुनहरी बाजा वालिया बड़े ही प्यार नाल पुत्तानू तू पालिया जिंदगी दे दा सुनहरी बाजां वालिया बड़े ही प्यार नाल पुत्तानू तू पालिया वेख के जुझारनू क्यों पै
ਸਿਕਾਲਿਆ ਦਾਤਾ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ ਲੱਗਾ ਹੋਇਆ ਪਾਤਸ਼ਾਹ प्यार जतला दिया निभाई दी अखीर जेड़ी और रस्म निभा दिया पग ला के शीस दी दो टोटके बना दिया पग ला के शीस दी दो टोटके बना दिया दाता अद्धी अद्धी दोहां दे शरीर उते पा दिया। एक होर गल कहिंदे ने दया सिंह बड़े ही गरीब मापे इस जग विच पैने बड़े ही गरीब मापे इस जग विच पैने पर कफनो बगैर दसो किदे पुत गए ने बड़े ही गरीब मापे इस जग विच पे ने पार कफनों बगैर दसो किदे पुत गए ने। दया सिंह दियां मेणे भरियां गल्लां सुन के गुरु गोबिंद सिंह जी निम्रता सहित यह जवाब दिंदे ने साध संगत बोले दशमेश पिता मुखों ललकार के ओए लैणा की तू सिंगा मेरे पुता नू तैयार के वेख नाम दान विच तू जरा निगाह मार के सिंह भी शहीद किन्ने होए जानवर के खालसे नू छड प्यार मैं पुता दा जता दिया खालसे नू छड प्यार मैं पुता दा जता दिया ओए दया सिंगा सिखी च वखेवा किदा पा दिया औख सौख वेले औख सौख वेले ए मेरे सिंह भाईवाल ने वेख नै मैदान विच पै केड़े हाल ने ए नाला तो प्यारे ए भी मापियां दे लाल ने लाला तो प्यारे ए भी मापियां दे नाल ने ओ बिना तनखाहों जड़े रहे मेरे नाल ने जदों तक ना दा हिसाब नहीं हो मुकदा जदों तक ना दा हिसाब नहीं हो मुकदा अजीत ते जुजार दी मैं लाश नहीं हो चुकदा दया सिंगा मोह वाले तू तिनके तरोड़ दे अजीत ते जुजार दा ख्याल इत्थे छोड़ दे दया सिंगा मोह वाले तू तिनके तरोड़ दे छोड़ दे जुजार दा ख्याल इत्थे छोड़ दे पंथ दे शहीद नहीं हो कफना नू लोड़ दे पंथ दे शहीद नहीं हो कफना नू लोड़ दे तू एदा ही दुमलाए दे मूँह ते ओड़ दे दया सिंगा क्यों दई जाने मोदियां थमियां चल सिखी दियां वाटा जे होर भी ने लम्मियां दया सिंगा क्यों दई जाने मोदियां थमियां चल सिखी दियां वाटा जे होर भी ने लम्मियां चल सिखी दियां वाटा जे
होर भी ने लम्मिया चल सिखी दियां वाटा अजे होर भी ने लम्मिया। वाहेगुरु जी का खालसा वाहेगुरु जी की फतेह। दया सिंह अगों बोल सकिया ना ते हंजू केरदा केरदा तुर पिया। ओ सूरमताई दे उस परमात्मा दी माला फेरदा फेरदा तुर पिया। सारे नगर निवासियों का बई धन्यवाद जिन्हां नमाणे दे जथे नूं इस पिंड दी संगत दे दर्शन द्वार करवाए ने। बोलदिया चलदिया कोई अजोग शब्द मेरे कोलों कहा गया होवे सारे नगर दे पतवंते सज्जणा को गुरु की संगत तो माफ़ी चाहुंदा। आस आ सतगुरां दी गुरु की संगत माफ़ कर देगी। आने वाला जथा ज्ञानी बलबीर सिंह जी वो आप जी नाल सांझे होणगे। स्टेज सिकतरी साहब ज्ञानी हरजिंदर सिंह जी उन्हां दा बहुत बहुत धन्यवाद जिहड़े अक्सर साडियां कवितावां नाल मोह रखदे ने साडियां रचनावां नूं मान दिंदे ने। बहुत ज़्यादा धन्यवाद मानक जी का जिहड़े तुहाडे नगर दे ने और जिन्हां दा साउंड पूरे पंजाब विच मशहूर है और सारे जथियां दी रिकॉर्डिंग जिहड़ी किसे कंपनी को ना मिले भावें सोहल साहब होण भावें साडा जथा होवे होर कोई होवे सारियां रिकॉर्डिंगां इन्हां ने सांभ के रखियां होईयां ने। और साडे जिले गुरदासपुर विच इन्हां दा वड्डा नाम है। एक वड्डी सिफत मैं इन्हां दी सुनी मैनूं पता लगा ये केवल धार्मिक मेलियां ते रहिंदे ने। सो सारे गुरु की संगत है इत्थों दे पतवंते सज्जणा दा सारयां दा धन्यवाद। भाई जोगा सिंह भागोवाली आप जी तो खिमा चाहुंदा सकत्तर साहब तो अगला प्रोग्राम सरवण करो। वाहिगुरू जी का खालसा वाहिगुरू जी की फतह।